ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਮ ਤਿਸ ਕੈ ਸੰਗ ਸਿੱਖ ਉਧਰੈ ਨਾ ਕਬੀਰ ਗਰਦ ਨਾ ਕੀਜੀਏ
ਸਮੁੰਦ ਮੈਂ ਕਿਆ ਜਾਣਾ ਕਿਆ ਹੋਈ ਅਜੇ ਸੁਣੋ ਸਮੁੰਦ ਮੈਂ ਸਾਜਨ ਤੇਰੇ ਚਰਨ ਕੀ ਹੋਏ ਰਵਾਂ ਸਭ ਤੂਰ ਨਾਨਕ ਸ਼ਰਨ ਤੁਹਾਰੀਆਂ ਦੇਖੋ ਸਦਾ ਹਜ਼ੂਰ ਇੱਕ ਤੂੰ ਵੀ ਜਾਣਦਾ
ਸੱਚਿਆ ਇੱਕ ਪਰਮਾਤਮਾ ਨਾਲ ਰੱਬ ਦਾ ਰੰਗਿਆ ਹੋਇਆ ਕੋਈ ਭਗਤ ਸੰਤ ਜੋ ਹੈ ਰੱਬ ਵਾਲਿਆਂ ਦੀ ਇਹ ਨਿਸ਼ਾਨੀ ਉਹ ਸਦਾ ਰਹਿੰਦੇ ਮਾਣ ਨਿਮਾਣੇ ਮਾਣ ਹੁੰਦੇ ਹੋਏ ਨਿਮਾਣੇ ਉਹ ਦਿਲ ਦੁਖਾਵਣ ਕਿਸੇ ਦਾ ਨਾ ਜੀ ਜਿਨ੍ਹਾਂ ਦਾ ਇੰਨਾ ਪਿਆਰ ਹੈ ਉਹ ਸਭਨਾ ਦੇ ਮਨ ਪਾਣੇ ਇਹ ਕਿਹਦੀ ਨਿਸ਼ਾਨੀ ਹੈ ਜਿਨ੍ਹਾਂ ਨੂੰ ਖੁਦਾ ਦਾ ਰੱਬ ਦਾ ਪਿਆਰ ਦਾ ਅੰਦਰ ਥਾਂ ਵੱਜ ਗਿਆ ਇਹ ਉਹਨਾਂ ਪਿਆਰਿਆਂ ਦੀ ਹੈ ਰੱਬ ਵਾਲਿਆਂ ਦੀ ਇਹੋ ਨਿਸ਼ਾਨੀ ਰੱਬ ਰੱਬ ਵਾਲਿਆਂ ਦੀ ਇਹੋ ਨਿਸ਼ਾਨੀ
ਪਿਆਰ ਵਿੱਚ ਉਹ ਇੱਕ ਮਸਤ ਹੋਇਆ ਪੱਕਰ ਜਿਹਦੇ ਸ਼ੌਕ ਬੁੱਕਲ ਵਿੱਚ ਸੰਤ ਮਹਾਰਾਜ ਦੀਆਂ ਧਾਰਨਾ ਪੜਿਆ ਕਰਦੇ ਹਾਂ। ਸ਼ੌਕ ਬੁੱਕਲ ਵਿੱਚ ਲੈਣ ਵਾਲੇ ਔਰ ਦਿਲ ਦੁਖਾਉਂਦੇ ਨਹੀਂ ਕਿਸੇ ਨੂੰ, ਮਾਣ ਹੁੰਦੇ ਹੋਏ ਨਿਮਾਣਾ, ਤਾਣ ਹੁੰਦੇ ਹੋਏ ਨਿਤਾਣਾ ਕੋ ਐਸਾ ਭਗਤ ਸਦਾਏ। ਐਸੇ ਰੱਬ ਦੀ ਬੰਦਗੀ ਵਾਲਿਆਂ ਦੇ ਜਿਨ ਪਟ ਅੰਦਰ ਬਾਹਰ ਗੋਦੜ ਤੇ ਪਲੇ ਸੰਸਾਰ, ਜਿਨ੍ਹਾਂ ਦਾ ਰੇਸ਼ਮ ਵਰਗਾ ਹਿਰਦੈ ਅੱਜ ਉਹ ਸਿਰ ਦੇ ਵੀ ਕਦਰ ਕਰਨ ਵਾਲੇ ਵੀ ਬੈਠੇ ਸੀ, ਔਰ ਉਹ ਹਿਰਦਾ ਇੱਕ ਭਿੱਜਿਆ ਹੋਇਆ ਸੁਣ ਰਿਹਾ ਹੈ ਕਿ ਅੰਦਰ ਪੰਜ ਪਿਆਰੇ ਬੈਠੇ ਨੇ, ਗੁਰੂ ਦੇ ਹਜ਼ੂਰੀਏ ਬੈਠੇ ਨੇ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਦੇ। ਕੌਣ? ਬਾਬਾ ਕਵਲਦਾਸ ਜੀ ਦੇ ਬਾਰੇ ਮੈਂ ਬੋਲਣਾ, ਬਾਬਾ ਕਮਲੀਆ ਜੀ ਦੇ ਬਾਰੇ ਬੋਲਣਾ, ਭਗਵਾਨ ਸ਼੍ਰੀ ਚੰਦਰ ਮਹਾਰਾਜ ਦੇ ਚੇਲੇ ਵੀ ਜਿਨ੍ਹਾਂ ਦੇ ਮੋਢਿਆਂ 'ਤੇ ਚੜ੍ਹ ਕੇ ਭਗਵਾਨ ਸ਼੍ਰੀ ਚੰਦਰ ਜੀ ਜਿੱਧਰ ਜਾਣਾ ਹੈ ਕੱਪ ਦਾ ਸਵਾਰੀ ਦਾ ਸਰੂਪ, ਜਿਵੇਂ ਭਗਵਾਨ ਗਰੜ 'ਤੇ ਸਵਾਰ ਹੋ ਕੇ ਜਾਂਦੇ ਨੇ, ਭਗਵਾਨ ਰਾਮ ਸ਼ਾਮ ਦੀ ਰਥਾਂ ਦੀਆਂ ਸਵਾਰੀਆਂ ਆਉਂਦੀਆਂ ਹਨ, ਐਸੇ ਜਿਨ੍ਹਾਂ ਦੇ ਸਹਿਜ ਸਰੂਪ ਵਿੱਚ ਮੋਢਿਆਂ 'ਤੇ ਚੜ੍ਹ ਕੇ ਚਲੇ ਜਾਣਾ। ਪਰ ਇਉਂ ਹੀ ਪਤਾ ਲੱਗਦਾ ਹੁੰਦਾ, ਇਹ ਤਾਂ ਬਹਾਨਾ ਸੀ, ਇਹ ਉਹਨਾਂ ਦਾ ਸਬੱਬ ਹੁੰਦਾ। ਜਿੱਥੇ ਜਾਣਾ, ਜੈਸੇ ਗੁਰੂ ਨਾਨਕ ਸਾਹਿਬ ਭਾਈ ਮਰਦਾਨੇ ਅਤੇ ਭਾਈ ਵਾਲੇ ਨੂੰ ਆਖਿਆ ਕਰਦੇ, ਅੱਖੀਆਂ ਮੀਟ ਲਓ ਭਾਈ ਮਰਦਾਨਾ ਜੀ, ਭਾਈ ਵਾਲਾ ਜੀ, ਅੱਖਾਂ ਮੀਟੋ, ਬਸ ਜਿੱਥੇ ਜਾਣਾ ਹੁੰਦਾ ਉੱਥੇ ਹੀ ਪਹੁੰਚੇ ਦਿਖਦੇ ਹੁੰਦੇ ਸੀ। ਬਿਲਕੁਲ ਇਵੇਂ ਜਿਵੇਂ ਭਗਵਾਨ ਸ਼੍ਰੀ ਚੰਦਰ ਮਹਾਰਾਜ ਇੱਕ ਦੇਖਣ ਵਿੱਚ, ਪਰ ਭਜਨ ਨਹੀਂ ਸੀ ਉਹ ਦਿੰਦੇ, ਭਜਨ ਤਾਂ ਕੋਈ ਹੋਰ ਚੱਕਣ ਵਾਲੀਆਂ ਸ਼ਕਤੀਆਂ ਹੁੰਦੀਆਂ ਨੇ। ਇਹ ਜੇ ਮੈਂ ਆਖਾਂ ਆਪ ਕਹੋਗੇ ਸ਼ਾਇਦ ਵਡਿਆਈ ਕਰਦਾ, ਇੱਥੇ ਬਾਬਾ ਜੀ ਐਸੀ ਖੇਡ ਰਚਾਇਆ ਕਰਦੇ ਹੁੰਦੇ, ਬਾਬਾ ਪੂਰਨ ਦਾਸ ਜੀ ਮਹਾਰਾਜ ਜੀ ਵੀ ਪਤਾ ਨਹੀਂ ਉਹ ਭਜਨ ਕਿਸ 'ਤੇ ਧਰ ਦਿੰਦੇ ਸੀ। ਇੱਥੇ ਬੈਠੇ ਨੇ ਇੱਕ ਦੋ ਪ੍ਰੇਮੀ ਮਹਾਰਾਜ ਦੇ ਕੌਤਕ ਦੇਖਣ ਵਾਲੇ। ਇਹ ਰੱਬੀ ਸ਼ਕਤੀਆਂ ਤਾਕਤਾਂ ਹੁੰਦੀਆਂ ਨੇ, ਜਿੱਥੇ ਚਾਹਣ ਰਿੱਧੀਆਂ ਸਿੱਧੀਆਂ ਦੀਆਂ ਸ਼ਕਤੀਆਂ ਦੀਆਂ, ਇਹ ਉਹਨਾਂ ਰੱਬੀ ਪਿਆਰਿਆਂ ਵਿੱਚ ਬਦੌਲਤੇ ਨਾਮ ਦੇ ਭਗਤੀ ਦੀ ਸ਼ਕਤੀ ਦੇ ਆਸਰੇ ਇਹ ਸਭ ਕੁਛ ਮਿਲਦਾ। ਨਮ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ ਜੋ ਹਰ ਹਿਰਦੇ ਸਦਾ ਵਸਾਏ। ਇਹ ਰਿੱਧੀਆਂ ਸਿੱਧੀਆਂ ਤਾਂ ਉਹਨਾਂ ਦੇ ਚਰਨਾਂ 'ਚ ਔਰ ਮਗਰ ਮਗਰ ਤੁਰੀਆਂ ਫਿਰਦੀਆਂ ਹਨ ਜਿਹੜਾ ਇੱਕ ਨਾਮ ਦਾ ਸਿਮਰਨ ਕਰਦਾ ਹੈ। ਇਹ ਸ਼ਕਤੀਆਂ ਤਾਕਤਾਂ ਮਾਇਆਦਾਸੀ ਦੁਨੀਆਂ ਦੇ ਲੋਕ ਭੱਜ ਭੱਜ ਕੇ ਗਹਿ ਕਰ ਪਕੜੀ ਨਾ ਆਈ ਹਾਥ, ਛਾਇਆ ਨੂੰ ਪਕੜੋ, ਛਾਇਆ ਕਿਸੇ ਦੇ ਹੱਥ ਵਿੱਚ ਨਹੀਂ ਆਉਂਦੀ, ਆਪਣੀ ਕਾਇਆ ਦੀ ਛਾਇਆ, ਸਰੀਰ ਦੀ ਸ਼ਾਨ। ਸਿੱਧੀ ਗੱਲ, ਸਰੀਰ ਦੀ ਸ਼ਾਨ ਨੂੰ ਪਕੜੀ ਜਾਓ, ਬਸ ਉਹ ਹੱਥ ਵਿੱਚ ਨਹੀਂ ਆਉਂਦੀ। ਇਹ ਦੁਨੀਆਂ ਦੇ ਲੋਕ ਭੱਜ ਭੱਜ ਕੇ ਗਹਿ ਕਰ ਪਕੜੀ, ਗਹਿ ਨਾਮ ਪਕੜਨ ਭੱਜ ਭੱਜ ਆਉਣਾ, ਨਾ ਆਈ ਹਾਥ ਪ੍ਰੀਤ ਕਰੀ ਚਾਲੀ ਨਹੀਂ ਸਾਥ। ਹਾਰੂ ਅਤੇ ਕਾਰੂ ਵਰਗੇ ਕਿਤਨੇ ਕਿਤਨੇ 40-44 ਗੰਜ ਮਾਇਆ ਦੇ ਜੋੜ ਕੇ ਇੱਥੇ ਹੀ ਸੁੰਨੀ ਤਰ ਗਏ।
ਸ਼ਾਹ ਸਿਕੰਦਰ ਵਰਗਿਆਂ ਦੇ ਖਜ਼ਾਨੇ ਹੀਰੇ ਰਤਨਾਂ ਦੇ ਇੱਥੇ ਹੀ ਰਹਿ ਗਏ ਤਰੇ ਤਰਾਏ। ਮਾਨ ਤਾਤਾ ਜੈਸੇ ਰਾਜੇ ਮਹਾਰਾਜਿਆਂ ਦੇ ਰਥ ਜਿੱਧਰ ਦੀ ਲੰਘ ਗਏ, ਰਥਾਂ ਦੀਆਂ ਪਹੀਆਂ ਦੇ ਲੀਹਾਂ ਦੀਆਂ ਸਮੁੰਦਰ ਸੱਤ ਬਣੇ ਖੜੇ ਨੇ। ਸੱਤ ਸਮੁੰਦਰੋਂ ਪਾਰ ਜਾ ਕੇ ਰਥ ਖੜਨਾ ਚੱਕਰਵਰਤੀ ਰਾਜ ਮਿਲਿਆ। ਸਾਰੇ ਰਾਜ ਭਾਗ ਦੀ ਦੌਲਤ ਇੱਥੇ ਹੀ ਛੱਡ ਕੇ ਚਲੇ ਗਏ, ਖਾਲੀ ਹੱਥੀਂ ਗਏ। ਫਰੀਦਾ ਗਰਭ ਜਿਨ੍ਹਾਂ ਵਡਿਆਈਆਂ ਤਨ ਜੋਬਨ ਆਗਾਹ, ਕਈਆਂ ਨੂੰ ਜੋਬਨ ਦਾ ਇਹ ਸੁੱਚਾ ਪਣ ਹੈ, ਧਨ ਦਾ ਮਾਣ ਹੁੰਦਾ, ਪਰ ਇਹ ਗੱਲ ਖਾਲੀ। ਖਾਲੀ ਚੱਲੇ ਤਨਿਸ਼ ਟਿੱਬੇ ਜੋ ਮੀਂਹ, ਟਿੱਬੇ ਚ ਮੀਂਹ ਪਿਆ ਨਾ ਅੰਦਰ ਰਚ ਗਿਆ ਗਿਆ ਆਇਆ। ਇਹ ਵਸਤੂਆਂ ਸਾਰੀਆਂ ਬੇਅਰਥ ਹਨ, ਕਹੋ ਨਾਨਕ ਜਬ ਤਿਆਗ ਦੇਈ ਤਬ ਉਹ ਸ਼ਰਣੀ ਆਏ ਪਈ। ਇਹਨਾਂ ਦੇ ਜਿਹੜੇ ਤਿਆਗੀ ਪੁਰਸ਼ ਨੇ ਉਹਨਾਂ ਦੇ ਮਗਰ ਮਗਰ ਮਾਇਆ, ਔਰ ਸਾਧੂ ਕੈ ਠਾਡੀ ਦਰਬਾਰ ਗੁਰੂ ਸਾਹਿਬ ਫਰਮਾਇਆ, ਉਹ ਮਾਇਆ ਸੰਤਾਂ ਦੇ ਦਰਵਾਜ਼ੇ ਤੇ ਮੱਥੇ ਰਗੜਦੀ ਹੈ, ਜਿਹਨੂੰ ਦੁਨੀਆਂ ਦੇ ਲੋਕ ਐ ਭੱਜ ਭੱਜ ਕੇ ਫੜਦੇ ਨੇ, ਕਿਸੇ ਦੇ ਹੱਥ ਨਹੀਂ ਆਉਂਦੀ। ਸਾਧੂ ਕੈ ਠਾਡੀ ਦਰਬਾਰ ਠਾਡੀ ਖੜੀ ਹੈ, ਕੀ ਕਹਿੰਦੀ ਹੈ, ਸ਼ਰਨ ਤੇਰੀ ਹੇ ਸਾਧੂ ਲੋਕਾ, ਤੂੰ ਮੈਨੂੰ ਭਲੇ ਪਾਸੇ ਲਾਉਣਾ, ਤੂੰ ਮੈਨੂੰ ਤੀਰਥ ਦਾ ਰੂਪ ਬਣਾ ਦਿੰਦਾ, ਤੂੰ ਮੈਨੂੰ ਪੂਜਾ ਦਾ ਸਥਾਨ ਬਣਾ ਦਿੰਦਾ ਹੈ, ਜਿੱਥੇ ਮੈਨੂੰ ਤੂੰ ਲਾ ਦਿੰਦਾ ਹੈ ਉੱਥੇ ਦੁਨੀਆਂ ਦੇ ਲੋਕ ਨਮਸਕਾਰਾਂ ਕਰਦੇ, ਇਸ਼ਨਾਨ ਕਰਦੇ ਨੇ, ਨਾਮ ਜਪਦੇ ਨੇ। ਸਾਧੂਆਂ ਦੇ ਕੰਮ ਕੀਤੇ ਹੋਏ ਸਫਲ ਤਿੰਨਾਂ ਕੇ ਕੰਮ, ਉਹਨਾਂ ਦੀ ਭੰਡਾਰੀ, ਉਹਨਾਂ ਦੇ ਨਾਮ ਦੇ ਭੰਡਾਰੀ, ਉਹਨਾਂ ਦੀਆਂ ਆ ਵਸਤੂਆਂ ਸੰਗਤਾਂ ਵਾਸਤੇ ਬਣਾਈਆਂ ਆਰਾਮ ਘਰ, ਇਹ ਵਸਤੂਆਂ ਨੇ ਜਿਹੜੀਆਂ ਸਫਲ ਨੇ। ਮਾਇਆ ਵੀ ਕਹਿੰਦੀ ਹੈ ਮੈਂ ਸਫਲ ਹੋ ਗਈ, ਇੱਕ ਫੇਲ ਹੋ ਗਿਆ, ਇੱਕ ਪਾਸ ਹੋ ਗਿਆ। ਫੇਲ ਹੈ ਜਿਹਨੂੰ ਕਹਿੰਦੇ ਕਬੂਲ ਨਹੀਂ ਕੀਤਾ, ਪਰ ਸਾਧੂ ਨੇ ਇਤਨੀ ਬੰਦਗੀ ਭਜਨ ਤਪ ਕਰਕੇ ਉਸ ਮਾਇਆ ਤੋਂ ਇਹ ਕਹਾਉਣਾ ਕੀਤਾ, ਨਮਸਕਾਰ ਕਰਵਾਈ, ਸ਼ਰਨ ਤੇਰੀ। ਉਹ ਲਕਸ਼ਮੀ ਆ ਕੇ ਕਹਿੰਦੀ ਮੋਹ ਨਿਸ਼ਤਾ, ਮੇਰਾ ਭਲਾ ਕਰ ਦੇ, ਮੈਂ ਬੁਰਿਆਂ ਪਾਸਿਆਂ 'ਤੇ ਨਾ ਜਾਵਾਂ, ਮੈਨੂੰ ਬੁਰੇ ਪਾਸੇ ਲੋਕ ਨਾ ਲਗਾ ਦੇ, ਮੈਨੂੰ ਭਲਿਆਈ ਵਿੱਚ ਲਾਉਣ। ਉਹ ਰਿੱਧੀਆਂ ਸਿੱਧੀਆਂ ਸਭ ਨਾਮ ਦੀਆਂ ਦਾਸੀਆਂ ਨੇ, ਆਓ ਜਿੱਥੇ ਮੈਂ ਸ਼ਕਤੀ ਭਗਤੀ, ਜਿੱਥੇ ਭਗਤੀ ਹੈ ਉੱਥੇ ਸ਼ਕਤੀ ਹੈ, ਉੱਥੇ ਇਹ ਸਾਰੀਆਂ ਰਿੱਧੀਆਂ ਸਿੱਧੀਆਂ, ਉਹ ਰਿੱਧ ਸਿੱਧ ਜੀ ਉੱਥੇ ਗੋਣ ਗੋਲੀਆਂ, ਰਿੱਧ ਸਿੱਧ ਜੀ ਗੋਣ ਗੋਲੀਆਂ।
ਕੇ ਖੁਸ਼ੀਆਂ ਦੇ ਨਾਲ ਜਕਾਰਾ ਵਜਾਉਣਾ ਸਭ ਸੰਗਤ ਨੂੰ। ਬੜੇ ਪਿਆਰ ਨਾਲ ਆਪ ਜੀ ਨੇ ਸਰਬ ਸੰਗਤਾਂ ਗੁਰਸਾਗਰ ਮਸਤੂਆਣਾ ਸਾਹਿਬ ਸੰਗਰੂਰ ਸ਼ਹਿਰ ਵਾਸੀ ਪਟੜੀ ਫੇਰ ਇਲਾਕਾ ਨਵਾਂ ਮਸਤੂਆਣਾ ਸਾਹਿਬ ਤਰਵੈਣੀ ਸੰਗਮ ਮੰਗਵਾਲ ਧਰਤੀ ਵਿੱਚ ਵਾਕਿਆ ਹੈ ਔਰ ਸਰਬ ਸੰਗਤ ਮਾਈ ਭਾਈ ਜੋ ਵੀ ਹਜ਼ੂਰ ਦੇ ਚਰਨਾਂ ਵਿੱਚ ਵਿਰਾਜਮਾਨ ਹਨ ਬੜੇ ਪਿਆਰ ਦੇ ਨਾਲ ਸ਼ਰਧਾ ਨਾਲ ਆਪ ਅੱਜ 37ਵੇਂ ਦਿਨ ਦਾ 40 ਦਿਨਾਂ ਵਿੱਚੋਂ ਜੋ ਕਥਾ ਕੀਰਤਨ ਸਦਾਈ ਦਾ ਜਪ ਤਪ ਸੰਜਮ ਦਾ ਮਹਾਨ ਸਮਾਗਮ ਚੱਲ ਰਿਹਾ ਹੈ ਸਰਬ ਗੁਰੂ ਨਾਨਕ ਨਾਮ ਲੇਵਾ ਭਾਈ ਔਰ ਸਰਬ ਧਰਮ ਸਾਂਝੀ ਵਾਲਤਾ ਵਿੱਚ ਬ੍ਰਹਿਮਣ ਕਸ਼ਤਰੀ ਸ਼ੂਦ ਵੈਸ਼ ਉਪਦੇਸ਼ ਚੌਂ ਵਰਨਾ ਤੋਂ ਸਾਂਝਾ ਇੱਥੇ ਹੀ ਨਹੀਂ ਮਾਨਸ਼ ਕੀ ਜਾਤ ਸਵੇ ਕਹਿ ਹੀ ਪਹਿਚਾਨ ਲੋ ਔਰ ਗੁਰੂ ਨਾਨਕ ਮਿਸ਼ਨ ਨਾਲ ਸੰਤ ਮਹਾਰਾਜ ਸੰਤ ਬਾਬਾ ਅਤਰ ਸਿੰਘ ਜੀ 20ਵੀਂ ਸਦੀ ਦੇ ਅਵਤਾਰਾਂ ਦਾ ਜੋ ਗੁਰੂ ਨਾਨਕ ਮਿਸ਼ਨ ਉਸ ਨਾਲ ਮਿਲ ਔਰ ਕਲਯੁਗ ਵਿੱਚ ਨਾਨਕ ਨਾਮ ਸੁਖਾਲਾ ਸਾਜੁਗ ਸਾਹਿਬ ਤੇਤਾ ਜੱਗੇ ਗੁਆਪੁਰ ਪੂਜਾ ਚਾਰ ਤਿੰਨੋਂ ਯੁਗ ਤਿੰਨੋਂ ਦਿੜੇ ਕਲ ਕੇਵਲ ਨਾਮ ਆਧਾਰ ਇਸ ਯੁਗ ਮੇਂ ਕਰਮ ਧਰਮ ਨਾ ਕੋਈ ਕਲੀ ਕਾ ਜਨਮ ਚੰਡਾਲ ਕਹਿ ਕਰ ਹੋਈ ਨਾਨਕ ਨਾਮ ਬਿਨਾ ਕੋ ਮੁਕਤ ਨਾ ਹੋਈ ਇਹ ਗੁਰੂ ਨਾਨਕ ਦਾ ਦਰਬਾਰ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਮੇਰੀ ਇਹ ਅੰਮ੍ਰਿਤ ਆਨੰਦ ਵਰਸ ਰਿਹਾ ਅੱਜ ਇਸ ਵਿੱਚ ਸਾਡੇ ਵਿੱਚ ਸਾਡੀਆਂ ਆਪਣੀਆਂ ਪਿਆਰ ਦੀਆਂ ਜ਼ੁਦਰੀਆਂ ਬੇਨਤੀਆਂ ਮਿੰਨਤਾਂ ਤਰਲੇ ਭਗਵਾਨ ਖੁਸ਼ ਹੁੰਦਾ ਉਸ ਵਿੱਚ ਸਾਡੇ ਵਿੱਚ ਅੱਜ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਦਾ ਸਿਰ ਸੇਰਾ ਜੋ ਬੇਦੀ ਕੁਲ ਦੀਪਾ ਵਿੱਚ ਅਸੀਂ ਸੂਰਜ ਪ੍ਰਕਾਸ਼ ਦੀਆਂ ਕਥਾਵਾਂ ਕੋਈ 350 ਦੇ ਤਕਰੀਬਨ ਇਤਿਹਾਸ ਇਸ ਤੋਂ ਵੀ ਵੱਧ ਲਿਖਾਈ ਸੱਜਣਾ ਨੇ ਲਿਖ ਚੁੱਕੇ ਹਨ ਜਗਤ ਗੁਰੂ ਨਾਨਕ ਸਾਹਿਬ ਜੈਸੇ ਸੰਤ ਰੈਣ ਜੀ ਨੇ ਉਦਨ ਵਾਲੇ ਸੰਤਾਂ ਨੇ ਗੁਰੂ ਨਾਨਕ ਬੇਜੈ ਸਰਵਮਈ ਕਿਤੇ ਵੀ ਹਾਰ ਨਹੀਂ ਸਾਰੇ ਸੰਸਾਰ ਵਿੱਚ ਜਗਤ ਵਿੱਚ ਸਰਵ ਲੋਕਾਂ ਵਿੱਚ ਜਿੱਤ ਹੀ ਜਿੱਤ ਹੋਈ ਉਸ ਅੰਸ਼ਾ ਵਤੰਸ਼ਾ ਦੇ ਮਹਾਨ ਮਹਾਨ ਸ਼ਕਤੀਆਂ ਦੇ ਘਰ ਜਿਸ ਘਰ ਵਿੱਚ ਸਰਵ ਸ਼ਕਤੀਮਾਨ ਨੇ ਆਪਣੀ ਜੋਤ ਜਗਾਈ ਹੋਈ ਹੈ 17ਵੀਂ ਅੱਜ ਗੁਰਗੱਦੀਆਂ ਦੇ ਅਨੁਸਾਰ ਵੀ ਬੰਸਾਵਲੀ ਵਿੱਚ ਸਾਡੇ ਬਜ਼ੁਰਗ ਬਾਬਾ ਜੀ ਕਮਾਈ ਤਾਂ ਕੋਈ ਹੈ ਨਹੀਂ ਮੇਰੀ ਸਿਰਫ ਬੇਨਤੀਆਂ ਨੇ ਸੰਗਤਾਂ ਨਾਲ ਮਿਲਦਿਆਂ ਸੰਗਤਾਂ ਦਾ ਪ੍ਰਤਾਪ ਹੈ ਗੁਰੂ ਦਾ ਪ੍ਰਤਾਪ ਹੈ ਜੋ ਹਜ਼ੂਰ ਸਮੇਂ ਦੇ
ਅੱਜ ਜਿਨ੍ਹਾਂ ਦੇ ਹੱਥ ਵਿੱਚ ਇਹ ਬਾਗਡੋਰ ਗੁਰੂ ਨਾਨਕ ਦੇ ਘਰ ਦੀ, ਉਹਨਾਂ ਸਾਹਿਬ ਹਜ਼ੂਰ ਬਾਬਾ ਜੀ ਸਾਹਿਬ ਸਿੰਘ ਜੀ, ਪਰ ਉਸ ਸ਼ਕਤੀ ਨੂੰ ਤਾਂ ਇੱਕ ਨਹੀਂ ਦੋ ਨਹੀਂ, ਚੜ੍ਹਦੀ ਤੋਂ ਚੜ੍ਹਦੀਆਂ ਬਰਕਤਾਂ, ਜਿਵੇਂ ਬਾਬਾ ਰਾਮ ਰਾਏ ਜੀ ਨੇ ਇੱਕ ਬਹਿਰੀ ਜਹਾਜ਼ ਕਰਾਮਾਤ ਦਾ ਅਸਮਤਾ ਮੰਨਿਆ, ਭਗਵਾਨ ਸ਼੍ਰੀ ਚੰਦਰ ਤੋਂ ਲੈ ਕੇ ਗੁਰੂ ਨਾਨਕ ਸਾਹਿਬ ਜੀ ਦੇ ਸਵੈ ਸਪੁੱਤਰਾਂ ਵਿੱਚ ਬਾਬਾ ਜੀ ਲਖਮੀ ਦਾਸ ਜੀ ਤੋਂ ਲੈ ਕੇ ਅੱਜ ਤੱਕ ਇਹ ਆਨੰਦ ਵਰਤ ਰਿਹਾ। ਆਪ ਕੱਲ੍ਹ ਵੀ ਪਿਛਲੇ ਦਿਨਾਂ ਵਿੱਚ ਵੀ ਬੇਦੀ ਬਾਬਾ ਫੇਮ ਸਿੰਘ ਜੀ ਮਹਾਰਾਜ ਦਾ ਜੀਵਨ ਕੁਝ ਫੂਕਾਂ ਮਾਤਰ ਵਰਤਦਾ ਰਿਹਾ। ਉਹਨਾਂ ਬੰਸਾਵਲੀਆਂ ਵਿੱਚ ਹਜ਼ੂਰ ਬਾਬਾ ਸਰਬਜੋਤ ਸਿੰਘ ਜੀ ਮਹਾਰਾਜ ਸਾਡੇ ਵਿਚਾਰ ਕੇ ਦਰਸ਼ਨ ਦਿੱਤੇ ਜੀ ਆਇਆਂ ਪਿਆਰ ਨਾਲ, ਔਰ ਸਾਰੀ ਸਟੇਜ ਵੱਲੋਂ ਦਾਸ ਇੱਥੇ ਜੋ ਆਨੰਦ ਵਰਤਦਾ ਸੀ ਟਿਕਾਉਂਦਾ ਹੋਇਆ, ਇਹ ਆਨੰਦ ਇਹਨਾਂ ਲਈ ਸੀ, ਔਰ ਕਬੀਰ ਲਾਗੀ ਪੀਸ ਜਾਣ ਸਨ ਔਰ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ। ਬਾਬਾ ਕਮਲੀਆ ਜੀ ਦਾ ਚੱਲਦਾ ਸੀ ਵੀ ਤੂੰ ਹੀ ਜਾਣਦਾ ਦਿਲੋਂ ਨੇ ਮੁਹੱਬਤਾਂ ਸੱਚੀਆਂ ਜਿਨ੍ਹਾਂ ਦੀਆਂ, ਜੀ ਆਇਆਂ ਕਹਿੰਦੇ ਹੋਏ ਬਾਬਾ ਜੀਆਂ ਦੇ ਚਰਨਾਂ 'ਚ ਸਨੇਮਰ ਬੇਨਤੀ, ਸਾਰੀ ਸੰਗਤ ਇਲਾਕੇ ਵੱਲੋਂ ਦਰਸ਼ਨ ਹੋਏ ਨੇ, ਦਰਸ਼ਨ ਡਿੱਠੇ ਲੈਣ ਬਜੋਗਾ ਜੀਓ, ਔਰ ਆਪ ਦੇ ਅੰਮ੍ਰਿਤ ਬਚਨ ਅੰਮ੍ਰਿਤਾ ਪ੍ਰੈ ਬਚਨ ਤੁਮਾਰੇ, ਅੰਮ੍ਰਿਤ ਦੇ ਮਿੱਠੇ ਜਾ ਕੇ ਬਚਨ ਉੱਜਲ ਦੀਦਾਰ ਹੋਏ ਨੇ, ਔਰ ਪਿਆਰ ਨਾਲ ਜਿੰਨਾ ਵੀ ਸਮਾਂ ਸੰਗਤਾਂ ਨੂੰ ਬਖਸ਼ੋਗੇ, ਧੰਨਤਾ ਯੋਗ ਸਤਿਕਾਰ ਸਹਿਤ ਸਾਰੇ ਗੁਰੂ ਪੰਥ ਸੰਗਤ ਵੱਲੋਂ ਜੀ ਆਇਆਂ ਵਿੱਚ ਗੱਜ ਕੇ ਫੇਰ ਜਕਾਰਾ ਲਗਾਉਣਾ। ਹਜ਼ੂਰ ਬਾਬਾ ਜੀ ਸਾਹਿਬ ਮਹਾਰਾਜ ਸਮੇਂ ਦੇ ਗੱਦੀ ਦੇ ਮਾਲਕ, ਉਹਨਾਂ ਸਾਹਿਬ ਮਹਾਰਾਜ ਹਜ਼ੂਰ, ਔਰ ਸਾਡੇ ਧਰਤੀ ਵਿੱਚ ਵੀ, ਪੰਜਾਬ ਵਿੱਚ ਵੀ, ਹਿਮਾਚਲ ਤੋਂ ਇਲਾਵਾ ਮਨਸੂਰਾਂ ਵਿਖੇ ਆਪ ਦਰਸ਼ਨ ਦਿੰਦੇ ਅਤੇ ਪਾਗਲੇ ਕਿਤਨੇ ਦਮਦਮੇ ਸਾਹਿਬ ਹਨ, ਗਿਣਤੀ ਤੋਂ ਬਾਹਰ ਹਨ। ਆਪ ਜੀ ਨੂੰ ਵਾਰ ਵਾਰ ਨਮਸਕਾਰ, ਨਮਸਕਾਰ ਕਰੋ ਕਿਰਪਾ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ ਸੈਭੰ ਗੁਰ ਪ੍ਰਸਾਦ ਜਪ, ਆਦ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਧੰਨ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਬਰਾਜੀ ਹੋਈ, ਸਤਿਪੁਰਸ਼ਾਂ ਨਾਲ ਜੁੜੀ ਹੋਈ ਗੁਰੂ ਪਿਆਰੀ ਸਤ ਸੰਗਤ, ਮੁੱਖ ਰਸਨਾ ਪਵਿੱਤਰ ਕਰੋ, ਗੁਰੂ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਕਮਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਂਪੁਰਸ਼, ਬ੍ਰਹਮ ਗਿਆਨੀ, ਕੌਮ ਦੀ ਮਹਾਨ ਸ਼ਖਸੀਅਤ ਸੰਤ ਮਹਾਰਾਜ, ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ, ਆਪ ਸੰਗਤਾਂ ਨੂੰ ਕੀਰਤਨ ਨਾਲ ਨਿਹਾਲ ਕਰ ਰਹੇ ਸਨ। ਬੜਾ ਆਨੰਦਮਈ ਸਮਾਂ ਸੀ। ਮਹਾਂਪੁਰਸ਼ਾਂ ਦੇ ਰਸਨਾਂ ਤੋਂ, ਜਦ ਪਾਤਸ਼ਾਹ ਦੀ ਬਾਣੀ
ਨਿਕਲਦੀ ਹੈ ਅਤੇ ਉਸਦਾ ਆਨੰਦ ਕੁਝ ਹੋਰ ਬਣ ਜਾਂਦਾ ਹੈ। ਮਹਾਂਪੁਰਸ਼ ਉਸ ਸਭ ਤੋਂ ਵੱਡੇ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਦੀ ਗੱਲ ਕਰ ਰਹੇ ਸਨ, ਜਿਸ ਗੁਰੂ ਨਾਨਕ ਨੂੰ ਜ਼ਾਹਰ ਪੀਰ ਜਗਤ ਗੁਰ ਬਾਬਾ, ਜਗਤ ਦਾ ਬਾਬਾ ਬਾਬਾ ਨਾਨਕ ਕਹਿ ਕੇ ਸੰਸਾਰ ਨੇ ਜਾਣਿਆ, ਉਸ ਮਹਾਨ ਬਾਣੀ ਸਿੱਖ ਧਰਮ ਦੇ ਬਾਣੀ ਗੁਰੂ ਨਾਨਕ ਪਾਤਸ਼ਾਹ ਦੇ ਪਰਿਵਾਰ ਨਾਲ ਦੱਸ ਰਹੇ ਇਸ ਕੀਕ ਦਾ ਸੰਬੰਧ ਹੈ, ਉਸਦਾ ਵੀ ਆਪ ਨਾਲ ਜ਼ਿਕਰ ਕੀਤਾ ਹੈ। ਪਰ ਗੁਰਮੁਖ ਪਿਆਰਿਓ, ਇਤ ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ। ਇਹ ਤਾਂ ਉਸ ਗੁਰੂ ਨਾਨਕ ਦੀ ਵਡਿਆਈ ਹੈ, ਇਹ ਤਾਂ ਉਸ ਗੁਰੂ ਨਾਨਕ ਦੀ ਕਮਾਈ ਹੈ, ਜਿਸ ਦੇ ਸਦਕੇ ਦਾਸ ਵਰਗੇ ਹਉ ਮੂਰਖ ਕਾਰੇ ਲਾਇਆ ਨਾਨਕ ਹਰ ਕੰਮੇ, ਮੇਰੇ ਵਰਗੇ ਮੂਰਖ ਨੂੰ ਵੀ ਇਹ ਮਹਾਨ ਸ਼ਖਸੀਅਤਾਂ ਇਤਨਾ ਮਾਣ ਅਤੇ ਪਿਆਰ ਬਖਸ਼ਦੀਆਂ ਨੇ। ਜ਼ਿਕਰ ਕਰ ਰਹੇ ਸਨ ਮਹਾਂਪੁਰਸ਼, ਜਿਸ ਸੰਪਰਦਾਇ ਨਾਲ ਮਹਾਂਪੁਰਸ਼ਾਂ ਦਾ ਵੀ ਇੱਕ ਬਹੁਤ ਗੂੜਾ ਸੰਬੰਧ ਹੈ, ਜਿਸ ਨਾਲ ਦਾਸਰੇ ਦਾ ਵਾਸਤਾ ਹੈ, ਜਿਸ ਬਾਬਾ ਸਾਹਿਬ ਸਿੰਘ ਮਹਾਰਾਜ ਦਾ ਮਹਾਂਪੁਰਸ਼ਾਂ ਨੇ ਹੁਣੇ ਹੁਣੇ ਜ਼ਿਕਰ ਕੀਤਾ, ਉਹ ਕੌਣ ਸਨ? ਬੀਰ ਮਰਗੇਸ਼ ਗ੍ਰੰਥ, ਪੰਡਿਤ ਸ਼ੇਰ ਸਿੰਘ ਜੀ ਦਾ ਰਚਿਤ ਨਿਰਮਲੇ ਮਹਾਂਪੁਰਸ਼, ਇਹਨਾਂ ਮਹਾਨ ਸੰਪਰਦਾਵਾਂ ਧੰਨ ਧੰਨ ਬਾਬਾ ਈਸ਼ਵਰ ਸਿੰਘ ਜੀ ਮਹਾਰਾਜ ਔੜੇ ਸਾਹਿਬ ਵਾਲੇ, ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ, ਧੰਨ ਧੰਨ ਬਾਬਾ ਵੀਰ ਸਿੰਘ ਜੀ ਨਿਰੰਗਾਬਾਦੀਏ, ਉਸ ਉਹਨਾਂ ਮਹਾਂਪੁਰਸ਼ਾਂ ਦੀ ਸੰਪਰਦਾਇ ਨਾਲ ਇਸ ਦਾਸ ਦੇ ਪਰਿਵਾਰ ਦਾ ਇੱਕ ਨਾਤਾ ਜੁੜਦਾ ਹੈ। ਬਾਬਾ ਸਾਹਿਬ ਸਿੰਘ ਮਹਾਰਾਜ ਕੌਣ ਸਨ? ਇੱਕ ਸਵਾਲ ਹੈ ਅੱਜ ਸੰਸਾਰ ਵਿੱਚ। ਵੀਰ ਮਰਗੇਸ਼ ਗ੍ਰੰਥ ਵਿੱਚ ਲਿਖਿਆ ਹੈ ਕਿ ਗੁਰੂ ਗੋਬਿੰਦ ਦਾ ਰੂਪ ਸਨ, ਗੁਰੂ ਗੋਬਿੰਦ ਆਪ ਸਨ। ਇਹ ਗਾਥਾ ਉਸ ਗ੍ਰੰਥ ਵਿੱਚੋਂ ਛੋਟੀ ਜਿਹੀ ਆਪ ਨੂੰ ਸਰਵਣ ਕਰਾਏਗਾ ਦਾਸ। ਬਾਬਾ ਕਲਾਧਾਰੀ ਜੀ ਮਹਾਰਾਜ ਤਦਸਮ ਪਿਤਾ ਸਮਕਾਲੀ ਮਹਾਂਪੁਰਸ਼ ਹੋਏ। ਦਸਮ ਪਿਤਾ ਜਦ ਅਨੰਦਪੁਰੀ ਵਿੱਚ ਆਏ ਤੇ ਮਨ ਵਿੱਚ ਇੱਕ ਵਿਚਾਰ ਉਤਪੰਨ ਹੋਈ ਕਿ ਮੇਰਾ ਜੀਵਨ ਤੇ ਸਿੱਖ ਧਰਮ ਦੀ ਸਿਰਜਣਾ ਵਿੱਚ ਬੀਤ ਜਾਣਾ ਹੈ, ਤੇ ਮਾਨਸਿਕ ਤੌਰ ਤੇ ਗੁਰਸਿੱਖ ਦੀ ਖੁਰਾਕ ਹੈ ਬਾਣੀ, ਕਥਾ, ਕੀਰਤਨ। ਇਹ ਦਾਤ ਗੁਰਸਿੱਖਾਂ ਨੂੰ ਬਖਸ਼ਣ ਲਈ ਕੋਈ ਗੁਰੂ ਪੁੱਤਰ ਹੀ ਚਾਹੀਦਾ ਹੈ, ਕੋਈ ਗੁਰੂ ਨਾਨਕ ਦਾ ਘਰ ਦਾ ਕੁਛ ਨਾਤਾ, ਕੋਈ ਜੁੜਿਆ ਹੋਇਆ ਫਕੀਰ ਹੀ ਚਾਹੀਦਾ ਹੈ। ਤੇ ਮਹਾਂਪੁਰਸ਼ਾਂ ਨੂੰ ਪਤਾ ਲੱਗਿਆ ਬਾਬਾ ਕਲਾਧਾਰੀ ਜੀ ਮਹਾਰਾਜ ਡੇਰਾ ਬਾਬਾ ਨਾਨਕ ਵਸਨੀਕ ਸਨ, ਹੁਕਮ ਭੇਜ ਦਿੱਤਾ ਦਸਮ ਪਿਤਾ ਨੇ ਅਨੰਦਪੁਰੀ ਤੋਂ ਕਿ ਬਾਬਾ ਜੀ ਕਿਰਪਾ ਕਰਕੇ ਅਨੰਦਪੁਰੀ ਆ ਜਾਓ। ਹੁਕਮ ਬੜਾ ਕਰੜਾ ਸੀ, ਫਿਰ ਪਰਮੇਸ਼ਰ ਦਾ ਹੁਕਮ ਸੀ, ਗੁਰੂ ਨਾਨਕ ਦਸਵੇਂ ਜਾਮੇ ਵਿੱਚ ਗੁਰੂ ਨਾਨਕ ਦਾ ਹੁਕਮ ਸੀ, ਪਿਤਾ ਦਾ ਹੁਕਮ ਸੀ। ਬਾਬਾ ਜੀ ਨੇ ਹੁਕਮ ਮੰਨ ਕੇ ਅਨੰਦਪੁਰੀ ਵੱਲ ਕੂਚ ਕਰਨਾ ਆਰੰਭ ਕਰ ਦਿੱਤਾ, ਪਰਿਵਾਰ ਛੱਡ ਦਿੱਤਾ, ਕਾਰੋਬਾਰ ਤਿਆਗ ਕੇ ਤੇ ਆਉਣ ਲੱਗੇ। ਤੇ ਰਸਤੇ ਵਿੱਚ ਇੱਕ ਵਿਚਾਰ ਪਤਪਨ ਹੋਈ ਬਾਬਾ ਕਲਾਧਾਰੀ ਜੀ ਮਹਾਰਾਜ ਦੇ ਦਿਲ ਵਿੱਚ ਕਿ ਦਸਮ ਪਿਤਾ ਨੇ ਤੇ ਮੈਨੂੰ ਯਾਦ ਕਰ ਲਿਆ,
ਮੈਨੂੰ ਬੜਾ ਭੇਜਿਆ। ਪ੍ਰਿਤ ਗੁਰੂ ਨਾਨਕ ਆਪ ਹੈ, ਜੇ ਮੇਰੇ ਵਰਗੇ ਕੀਟ ਦਾ ਕਿਤੇ ਉਸ ਦਰਬਾਰ ਵਿੱਚ ਗਿਆ, ਸਤਿਕਾਰ ਹੋ ਗਿਆ, ਤਾਂ ਮੇਰੇ ਗੁਰੂ ਨਾਨਕ ਦੀ ਤੋਹੀਨ ਹੋ ਜਾਣੀ ਹੈ। ਜੰਗਲ ਬਿਆਬਾਨ ਉਹਨਾਂ ਸਾਹਿਬ ਦੀ ਧਰਤੀ ਜਿਸਦਾ ਜ਼ਿਕਰ ਮਹਾਂਪੁਰਸ਼ਾਂ ਨੇ ਹੁਣੇ ਕੀਤਾ ਹੈ, ਜੰਗਲ ਬਿਆਬਾਨ ਉਹਨਾਂ ਟਿੱਬਾ, ਉੱਥੇ ਜਾ ਖਲੋਤੇ ਅਤੇ ਮਨ ਵਿੱਚ ਵਿਚਾਰ ਉਤਪੰਨ ਹੋਈ ਕਿ ਮੈਂ ਹੁਣ ਅਨੰਦਪੁਰੀ ਨਹੀਂ ਜਾਣਾ। ਰੁੱਖ ਹੁਕਮਨਾਮਾ ਲਿਖ ਭੇਜਿਆ, ਇੱਕ ਪੱਤਰਿਕਾ ਲਿਖ ਭੇਜੀ ਦਸਮ ਪਿਤਾ ਦੇ ਨਾਂ ਕਿ ਹੇ ਗੁਰੂ ਨਾਨਕ ਆਪ ਸਤਿਗੁਰੂ, ਦਾਸ ਦੇ ਮਨ ਦੀ ਇੱਛਾ ਹੈ ਕਿ ਮੈਂ ਇਸ ਜੰਗਲ ਵਿੱਚ, ਮੈਨੂੰ ਪਿਆਰ ਹੋ ਗਿਆ ਇਸ ਜੰਗਲ ਦੇ ਨਾਲ, ਮੈਂ ਜਪ ਤਪ ਵਿੱਚ ਸਮਾਂ ਬਿਤਾਉਣਾ ਚਾਹੁੰਦਾ, ਪਰ ਇੱਕ ਮੇਰਾ ਵਾਅਦਾ ਹੈ ਕਿ ਜਦ ਆਪ ਯਾਦ ਕਰੋਗੇ ਮੈਂ ਜ਼ਰੂਰ ਚਲੇ ਆਵਾਂਗਾ, ਮੈਨੂੰ ਆਗਿਆ ਕਰ ਦਿਓ, ਮੈਂ ਆਪ ਦੇ ਨਜ਼ਦੀਕ ਹੀ ਹਾਂ, ਜ਼ਿਆਦਾ ਖਾਸ ਬਾਟ ਨਹੀਂ ਹੈ, ਜਦ ਯਾਦ ਕਰੋਗੇ ਮੈਂ ਆ ਜਾਵਾਂਗਾ। ਦਸਮ ਪਾਤਸ਼ਾਹ ਨੇ ਕਿਹਾ ਠੀਕ ਹੈ ਮਹਾਰਾਜ, ਆਪ ਰਾਜੋ। ਬਾਬਾ ਕਲਾਧਾਰੀ ਜੀ ਮਹਾਰਾਜ ਟੂਣਾ ਰਮਾਲਿਆ, ਅੱਜ ਵੀ ਅਸਥਾਨ ਮੌਜੂਦ ਹੈ ਬਾਬਾ ਕਲਾਧਾਰੀ ਜੀ ਮਹਾਰਾਜ ਦਾ ਅਸਥਾਨ, ਜਿੱਥੇ ਬਾਬਾ ਜੀ ਦਾ ਟੂਣਾ ਸੀ। ਟੂਣੇ ਵਿੱਚ ਪਰਮੇਸ਼ਰ ਦੀ ਬੰਦਗੀ ਵਿੱਚ ਜੁੜ ਜਾਣਾ, ਦਸਮ ਪਿਤਾ ਦੇ ਮਨ ਵਿੱਚ ਕਦੀ ਨਾ ਕਦੀ ਯਾਦ ਕਰਨਾ ਕਿ ਅੱਜ ਕਿਤੇ ਗੁਰੂ ਕਿਆਂ ਦੇ ਦਰਸ਼ਨ ਹੋ ਜਾਣ, ਕਿਤੇ ਬਾਬਾ ਕਲਾਧਾਰੀ ਜੀ ਦਰਸ਼ਨ ਹੋ ਜਾਣ, ਤੇ ਉੱਠ ਕੇ ਦਸਮ ਪਿਤਾ ਨੇ ਉਨਾ ਸਾਹਿਬ ਵੱਲ ਚੱਲ ਪੈਣਾ, ਤੇ ਅੰਦਰ ਦੀਆਂ ਤਾਰਾਂ ਬਾਬਾ ਕਲਾਧਾਰੀ ਜੀ ਮਹਾਰਾਜ ਨੇ ਟੂਣਾ ਛੱਡ ਕੇ ਅਨੰਦਪੁਰੀ ਵੱਲ ਚੱਲ ਪੈਣਾ। ਦੋਵਾਂ ਨੇ ਚੱਲਣਾ ਤੇ ਇੱਕ ਵਿਚਕਾਰ ਇੱਕ ਸਥਾਨ ਹੈ, ਜਿਸ ਸਥਾਨ ਦਾ ਨਾਂ ਇੱਕ ਪਲਾਹ ਦਾ ਬੂਟਾ ਸੀ, ਗੁਰਪਲਾਹ ਕਰਕੇ ਅੱਜ ਜਾਣਿਆ ਜਾਂਦਾ ਹੈ, ਸੰਤੋਖੜ ਨਗਰ ਦੇ ਨਜ਼ਦੀਕ ਜੰਗਲ ਬਿਆਬਾਨ। ਉਸ ਸਥਾਨ ਤੇ ਦੋਵਾਂ ਸ਼ਖਸੀਅਤਾਂ ਦਾ ਮਿਲਾਪ ਹੋਣਾ, ਦੋ ਪਿਆਰਿਆਂ ਨੇ ਮਿਲਣਾ, ਅਲੌਕਿਕ ਆਨੰਦ। ਪਿਆਰ ਵਿੱਚ ਬੈਠ ਕੇ ਦੋਵਾਂ ਸ਼ਖਸੀਅਤਾਂ ਨੇ ਚੌਪਟ ਵੀ ਖੇਡ ਲੈਣੀ, ਸ਼ਿਕਾਰ ਵੀ ਕਰ ਲੈਣਾ, ਮਨ ਪਰਚਾਵੇ ਦੀਆਂ ਵਿਚਾਰਾਂ ਵੀ ਕਰ ਲੈਣੀਆਂ, ਕੌਮ ਦੀਆਂ ਪੰਥ ਦੀਆਂ ਵਿਚਾਰਾਂ ਵੀ ਕਰਨੀਆਂ। ਸਮਾਂ ਬੀਤਦਾ ਗਿਆ, ਪਰ ਬਾਬਾ ਕਲਾਧਾਰੀ ਦੇ ਮਨ ਦੇ ਵਿੱਚ ਇੱਕ ਲਾਲਸਾ ਕਾਇਮ ਹੋ ਗਈ, ਇੱਕ ਸਵਾਲ ਖੜਾ ਹੋ ਗਿਆ ਕਿ ਗੁਰੂ ਨਾਨਕ ਪਾਤਸ਼ਾਹ ਬੇਦੀ ਬੰਸ ਤਿਆਗਿਆ ਬੜਾ ਅਰਸਾ ਹੋ ਗਿਆ, ਕਿਤੇ ਮੁੜ ਕੇ ਫਿਰ ਇਸ ਵਿੱਚ ਵਾਸਾ ਕਰੋਗੇ। ਮਨ ਦੀ ਇੱਕ ਲਾਲਸਾ ਸੀ, ਘਟਕਟ ਕੀ ਅੰਤਰ ਕੀ ਜਾਣਤ। ਸਤਿਗੁਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਕ ਦਿਨ ਪਿਆਰ ਵਿੱਚ ਬੈਠੇ ਆਖਣ ਲੱਗੇ, ਬਾਬਾ ਜੀ ਚੌਪਟ ਦੀ ਬਾਜੀ ਕਦੇ ਜਿੱਤ ਵੀ ਸਕਦੇ ਹੋ? ਚੌਪਟ ਖੇਡਦੇ ਸਨ, ਕਦੇ ਜਿੱਤੇ ਕੋਈ ਨੀ ਬਾਬਾ ਕਲਾਧਾਰੀ ਜੀ ਮਹਾਰਾਜ, ਬਿਰਧ ਸਰੂਪ ਸੀ ਬਾਬਾ ਜੀ ਦਾ, ਜਵਾਨੀ ਦੀ ਅਵਸਥਾ ਸੀ ਦਸਮ ਪਿਤਾ ਦੀ। ਹਾਂ ਪਾਤਸ਼ਾਹ ਮੇਰੇ ਗੁਰੂ ਦੀ ਕਿਰਪਾ ਹੋਏ ਤਾਂ ਮੈਂ ਜਿੱਤ ਵੀ ਸਕਦਾ, ਪਰ ਠੀਕ ਹੈ ਜੇ ਜਿੱਤ ਦੀ ਗੱਲ ਕੀਤੀ ਹੈ। ਬਾਬਾ ਕਲਾਧਾਰੀ ਜੀ ਨੇ ਆਖਿਆ ਦਸਮ ਪਿਤਾ ਨੂੰ, ਪਾਤਸ਼ਾਹ ਮੇਰੇ ਮਨ ਦੀ ਇੱਕ ਲਾਲਸਾ ਹੈ, ਮੇਰੇ ਮਨ ਦੀ ਇੱਕ ਮੰਗ ਹੈ, ਜੇ ਮੇਰੀ ਮੰਗ ਪੂਰੀ ਕਰੋਗੇ, ਮੈਨੂੰ ਦਾਤ ਦਿਓਗੇ ਮੇਰੀ ਜਿੱਤ ਤੋਂ ਬਾਅਦ, ਤਾਂ ਮੈਂ ਖੇਡ ਨੂੰ ਤਿਆਰ ਹਾਂ। ਦਸਮ ਪਾਤਸ਼ਾਹ ਨੇ ਕਿਹਾ ਠੀਕ ਹੈ, ਬਚਨ ਦੇ ਦਿੱਤਾ ਆਪ ਜੀ ਨੂੰ, ਆਪ ਜੀ ਨੂੰ ਬਚਨ ਦੇ ਦਿੱਤਾ ਹੈ, ਜੋ ਆਪ ਜਿੱਤੋ ਤੇ ਆਪ ਜੋ ਮੰਗੋਗੇ ਆਪ ਪਾਓਗੇ। ਤਿੰਨ ਬਾਜੀਆਂ ਮਿਥੀਆਂ ਗਈਆਂ, ਵੀਰ ਵਰਗੇਸ਼ ਪਹਿਲ ਲਿਖਾਰੀ ਪੰਡਿਤ ਸ਼ੇਰ ਸਿੰਘ ਲਿਖਦਾ ਹੈ, ਤਿੰਨ ਬਾਜੀਆਂ ਮਿਥੀਆਂ, ਦੂਸਰੀ ਖੇਡ, ਦੂਸਰੀ ਬਾਜ਼ੀ ਖੇਡੀ ਗਈ, ਦੂਸਰੀ ਬਾਜ਼ੀ ਵੀ ਬਾਬਾ ਕਲਾਧਾਰੀ ਜੀ ਹਾਰ ਗਏ। ਫਿਰ ਦਸਮ ਪਿਤਾ ਮੁਸਕਰਾਏ, ਬਾਬਾ ਜੀ ਨੇ ਆਖਿਆ ਪਾਤਸ਼ਾਹ ਤੂੰ ਗੁਰੂ ਨਾਨਕ ਆਪ ਹੁੰਦਾ ਹੋਇਆ ਅਨੰਦਪੁਰੀ ਤੋਂ ਚੱਲ ਕੇ ਇੱਥੇ ਆਇਆ, ਦੂਸਰੀ ਬਾਜ਼ੀ ਵੀ ਤੇਰੀ ਭੇਟਾ ਹੈ। ਤੀਸਰੀ ਖੇਡ ਗਲ ਵਿੱਚ ਪੱਲਾ ਪਾ ਲਿਆ,
ਬਾਬਾ ਕਲਾਧਾਰੀ ਜੀ ਮਹਾਰਾਜ ਨੇ ਖੜੇ ਹੋ ਗਏ, ਅਰਦਾਸ ਵਿੱਚ ਜੁੜ ਕੇ ਤੇ ਆਖਣ ਲੱਗੇ, ਹੇ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ, ਹੇ ਗੁਰੂ ਨਾਨਕ ਆਪ, ਤੇਰੇ ਪੁੱਤਰ ਦੀ ਅੱਜ ਪਰਖ ਹੈ, ਕਿਰਪਾ ਕਰ, ਕਿਰਪਾ ਕਰ, ਮੇਰੀ ਜਿੱਤ ਕਰ ਦੇ। ਜੇ ਮੇਰੀ ਜਿੱਤ ਹੋ ਜਾਏਗੀ ਤੇ 500 ਦੀ ਦੇਗ ਮੈਂ ਤੇਰੇ ਦਰਬਾਰ ਆ ਕੇ ਚੜਾਵਾਂਗਾ। ਦਸਮ ਪਿਤਾ ਮੁਸਕਰਾ ਉੱਠ, ਆਖਣ ਲੱਗੇ, ਬਾਬਾ ਜੀ ਮੇਰੇ ਨਾਲ ਖੇਡ ਰਹੇ ਹੋ ਤਾਂ ਮੈਨੂੰ ਹੀ ਧਿਆਨ ਦਿਓ, ਹੋਰ ਸ਼ਰੀਕ ਹੋਏ ਕੋਈ ਤੇਰਾ ਤਿਸ ਆਗੇ ਤਦਾਖਾਂ, ਤੇ ਤੋਂ ਬਿਨਾਂ ਮੇਰਾ ਹੋਰ ਕੋਈ ਸਤਿਗੁਰ ਹੋਵੇ ਤੇ ਮੈਂ ਹੋਰ ਕਿਸ ਦੇ ਅੱਗੇ ਅਰਦਾਸ ਕਰਾਂ, ਤੇਰੇ ਅੱਗੇ ਅਰਦਾਸ ਕਰਨੀ। ਕਿਰਪਾ ਕਰ, ਬਖਸ਼ਿਸ਼ ਕਰ, ਮੇਰੀ ਜਿੱਤ ਕਰ, ਤੂੰ ਭਗਤਾਂ ਦੀ ਸਲਾਹ ਰੱਖਦਾ ਹੈ, ਜੇ ਤੂੰ ਅੱਜ ਨਾ ਰੱਖੀ ਤਾਂ ਤੇਰਾ ਤੈਨੂੰ ਕਿਸੇ ਨੇ ਗੁਰੂ ਗੋਬਿੰਦ ਨਹੀਂ ਕਹਿਣਾ। ਤੀਸਰੀ ਬਾਗੀ ਖੇਡੀ ਗਈ, ਗੌਤਮ ਸਤਿਗੁਰੂ ਦਾ, ਬਾਬਾ ਕਲਾਧਾਰੀ ਜੀ ਮਹਾਰਾਜ ਦੀ ਜਿੱਤ ਹੋ ਗਈ। ਇਤਿਹਾਸਕਾਰ ਲਿਖਦਾ ਹੈ ਕਿ ਬਾਬਾ ਜੀ ਜਿੱਤਣ ਤੋਂ ਬਾਅਦ ਨੱਚਣ ਲੱਗ ਪਏ, ਬਾਬਾ ਜੀ ਤਿਆਰ ਹੋ ਜਾਓ, ਮੇਰੇ ਮੰਗਣ ਦਾ ਸਮਾਂ ਆ ਗਿਆ ਹੈ। ਤੇ ਮੰਗੀ ਕਿਹੜੀ ਦਾਤ? ਅਸੀਂ ਵੀ ਮੰਗਦੇ ਹਾਂ ਦਾਤੇ ਦਰਬਾਰ ਤੋਂ ਭਾਈ, ਮੰਗੀ ਕਿਹੜੀ ਦਾਤ? ਹੇ ਦਸਮ ਪਿਤਾ, ਹੇ ਗੁਰੂ ਨਾਨਕ ਪਾਤਸ਼ਾਹ, ਬੇਦੀ ਬੰਸ ਤਿਆਗਿਆ, ਬੜਾ ਅਰਸਾ ਹੋ ਗਿਆ, ਕਿਰਪਾ ਕਰ, ਇਸ ਬੰਸ ਵਿੱਚ ਫਿਰ ਵਾਸਾ ਕਰ, ਮੁੜ ਕੇ ਫਿਰ ਬੇਦੀ ਵੰਸ਼ ਵਿੱਚ ਆ। ਦਸਮ ਪਿਤਾ ਕਿਰਪਾ ਕਰ, ਮੇਰੇ ਘਰ ਵਿੱਚ ਤੂੰ ਪ੍ਰਕਾਸ਼ ਕਰ। ਦਸਮ ਪਾਤਸ਼ਾਹ ਨੇ ਆਖਿਆ, ਬੜੀ ਔਖੀ ਮੰਗ ਲਈ, ਹੁਣ ਮੁਕਰਿਓ ਨਾ। ਫਿਰ ਬਾਬਾ ਜੀ ਨੇ ਆਖਿਆ, ਮੁਕਰਿਓ ਨਾ ਭਾਈ। ਬਾਬਾ ਦਸਮ ਪਿਤਾ ਨੇ ਕਿਹਾ, ਬਾਬਾ ਜੀ ਮੇਰੀ ਗੱਲ ਤਾਂ ਸੁਣੋ, ਬਾਬਾ ਜੀ ਮੇਰਾ ਜੀਵਨ ਸਿੱਖ ਕੌਮ ਦੀ ਸਿਰਜਣਾ ਵਿੱਚ ਕੁਛ ਸਮਾਂ ਹੈ, ਮੈਂ ਬਿਤਾਉਣਾ, ਪਰ ਮੈਂ ਆਪ ਨੂੰ ਅੱਜ ਵਾਅਦਾ ਕਰਦਾ ਹਾਂ ਕਿ ਤੁਹਾਨੂੰ ਬਚਨ ਦਿੱਤਾ ਹੈ ਕਿ ਤੁਹਾਡਾ ਪੁੱਤਰ ਤੇ ਨਹੀਂ ਪਰ ਤੁਹਾਡਾ ਪੁੱਤਰ ਹੋ ਕੇ ਆਵਾਂਗਾ। ਆਪਣਾ ਪੁੱਤਰ ਅਜੀਤ ਰਾਏ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਪਾਨ ਕਰਾ ਕੇ ਤਿਆਰ ਬਰ ਤਿਆਰ ਕਰ ਲਓ, ਤੇ ਉਹਦੇ ਘਰ ਜਿਹੜਾ ਪੁੱਤਰ ਪੈਦਾ ਹੋਵੇਗਾ ਉਹ ਮੇਰਾ ਰੂਪ ਹੋਵੇਗਾ। ਇਹ ਇਤਿਹਾਸਕ ਵਚਨ ਹਨ, ਐਸਾ ਹੀ ਹੋਇਆ, ਲੰਬਾ ਇਤਿਹਾਸ ਹੈ। ਕੁਛ ਨਿਸ਼ਾਨੀਆਂ ਸਨ ਬਾਬਾ ਜੀ ਨੇ ਦੱਸੀਆਂ, ਜਦੋਂ ਬਾਬਾ ਕਲਾਧਾਰੀ ਜੀ ਮਹਾਰਾਜ ਦੇ ਪੁੱਤਰ ਬਾਬਾ ਅਜੀਤ ਸਿੰਘ ਦੇ ਘਰ ਜਨਮ ਹੋਇਆ ਬਾਬਾ ਸਾਹਿਬ ਸਿੰਘ ਮਹਾਰਾਜ ਦਾ। ਬਾਬਾ ਜੀ ਦਰਸ਼ਨ ਕਰਨ ਗਏ ਬਾਬਾ ਕਲਾਧਾਰੀ ਜੀ ਆਪਣੇ ਪੋਤਰੇ ਦੇ, ਤੇ ਬਾਬਾ ਜੀ ਦੀ ਦਾੜੀ ਫੜ ਲਈ। ਇਤਿਹਾਸ ਵਿੱਚ ਵਰਣਨ ਹੈ ਕਿ ਬਾਬਾ ਜੀ ਨੇ ਜਦ ਤੱਕ ਨਿਸ਼ਾਨੀਆਂ ਨਹੀਂ ਦਿੱਤੀਆਂ, ਜਦ ਤੱਕ ਤਸੱਲੀ ਨਹੀਂ ਹੋਈ ਕਿ ਦਸਮ ਪਿਤਾ ਮੇਰੇ ਘਰ ਵਿੱਚ ਪ੍ਰਵੇਸ਼ ਕਰ ਗਿਆ, ਤਦ ਤੱਕ ਬਾਬਾ ਜੀ ਦੇ ਮਨ ਨੂੰ ਖੁਸ਼ੀ ਨਹੀਂ ਹੋਈ। ਇਤਿਹਾਸ, ਇਹ ਸੱਚ ਦਾ ਇਤਿਹਾਸ ਹੈ। ਫਿਰ ਬਾਬਾ ਜੀ ਦਾ ਜੀਵਨ ਦੇਖੋ, 14 ਮਿਸਲਾਂ ਵਿੱਚ ਵੰਡੀ ਹੋਈ ਹੈ ਧਰਤੀ ਕੌਮ ਦੀ। ਬਾਬਾ ਸਾਹਿਬ ਸਿੰਘ ਮਹਾਰਾਜ ਨੇ ਉਸ ਗੁਰੂ ਗੋਬਿੰਦ ਦੇ ਰੂਪ ਵਿੱਚ ਇਸ 12 ਮਿਸਲਾਂ ਵਿੱਚ ਵਟੀ ਹੋਈ ਧਰਤੀ ਨੂੰ ਇਕੱਤਰਿਤ ਕਰਕੇ 1801 ਵਿਸਾਖੀ ਵਾਲੇ ਦਿਹਾੜੇ ਖਾਲਸੇ ਦਾ ਰਾਜ ਕਾਇਮ ਕੀਤਾ। ਇਸ ਜਦ ਤੱਕ ਬਾਬਾ ਜੀ ਨੇ 45 ਸਾਲ ਬਾਬਾ ਸਾਹਿਬ ਸਿੰਘ ਮਹਾਰਾਜ ਦਾ ਜੀਵਨ ਰਿਹਾ, 45 ਸਾਲ ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਰਾਜ ਰਿਹਾ। ਜਿਸ ਦਿਨ ਬਾਬਾ ਜੀ ਅੱਖਾਂ ਮੀਚ ਗਏ ਉਸ ਦਿਨ ਖਾਲਸੇ ਦਾ ਰਾਜ ਮੁੜ ਕੇ ਧਰਤੀ 'ਤੇ ਨਹੀਂ ਆਇਆ। ਇਹ ਕਿਸ ਦੇ ਸਦਕੇ ਸੀ? ਇਹ ਉਹਨਾਂ ਮਹਾਂਪੁਰਸ਼ਾਂ ਦਾ ਜਿਨ੍ਹਾਂ ਦਾ ਮੇਲ ਮਿਲਾਪ ਬਾਬਾ ਸਾਹਿਬ ਸਿੰਘ ਮਹਾਰਾਜ ਨਾਲ ਸੀ, ਇਹ ਉਹਨਾਂ ਦੇ ਸਦਕੇ। ਇਹ ਸ਼ਕਤੀ ਸੀ ਕਿਹਨਾਂ ਦੀ? ਇਹਨਾਂ ਮਹਾਂਪੁਰਸ਼ਾਂ ਦੀ, ਜਿਹਨਾਂ ਨੂੰ ਅੱਜ ਸੰਸਾਰ ਮੰਦਾ ਭਲਾ ਵੀ ਆਖਦਾ ਨਾ, ਸੰਸਾਰ ਮਹਾਂਪੁਰਸ਼ਾਂ। ਅੱਜ ਕਿਤਨਾ ਕਿਸੇ ਨੇ ਪਾਇਆ, ਸਾਨੂੰ ਤਾਂ ਕੋਈ ਚਿੰਤਾ ਨਹੀਂ। ਜੇ ਪਿਓ ਗੁਰੂ ਨਾਨਕ ਨੂੰ ਚੰਗਾ ਆਖਿਆ ਹੈ, ਕਿਸੇ ਨੇ ਚੰਗਾ ਆਖਿਆ ਬਾਬੇ ਨਾਨਕ ਨੂੰ? ਨਹੀਂ ਆਖਿਆ ਤੇ ਬਾਬੇ ਨੂੰ ਕੀ ਫਰਕ ਪਿਆ? ਤੇ ਅਸੀਂ ਤਾਂ ਕੀਰਤਾਂ ਉਹਦੇ ਚਰਨਾਂ ਦੀ ਤੋੜ, ਸਾਨੂੰ ਕੋਈ ਮੰਨਦਾ ਆਖ, ਸਾਨੂੰ ਕੀ?
ਮਹਾਂਪੁਰਸ਼ਾਂ ਦੇ ਸਦਕੇ ਬਾਬਾ ਵੀਰ ਸਿੰਘ ਮਹਾਰਾਜ ਨਿਰੰਗਾਬਾਦ ਦੀ ਮਹਾਂਪੁਰਸ਼ ਕਿੱਡੀਆਂ ਸ਼ਕਤੀਆਂ ਦੇ ਮਾਲਕ ਸਨ ਉਹ ਮਹਾਂਪੁਰਸ਼। ਕਦੀ ਧਰਤੀ 'ਤੇ ਨਜ਼ਰ ਮਾਰੋ ਉਹਨਾਂ ਮਹਾਂਪੁਰਸ਼ਾਂ ਦੇ ਜੀਵਨਾਂ ਵਿੱਚ ਭਾਈ। ਬਾਬਾ ਵੀਰ ਸਿੰਘ ਮਹਾਰਾਜ ਨਿਰੰਗਾਬਾਦੀ ਹੈ, ਅਟੁੱਟ ਪਿਆਰ ਬਾਬਾ ਸਾਹਿਬ ਸਿੰਘ ਮਹਾਰਾਜ ਨਾਲ, ਉਹਨਾਂ ਸਾਹਿਬ ਦੀ ਧਰਤੀ 'ਤੇ ਜਾ ਕੇ ਕਈ ਕਈ ਮਹੀਨੇ ਰਹਿਣਾ ਅਤੇ ਬਾਬਾ ਜੀ ਨੇ ਜਾਣ ਨਹੀਂ ਦੇਣਾ। ਪਿਆਰ ਸੀ ਮਹਾਂਪੁਰਸ਼ ਦਾ ਆਪਸ ਵਿੱਚ। ਆਖਰ ਮੇਰਾ ਦਮਦਮਾ ਤਿਆਰ ਕਰੋ ਮਹਾਂਪੁਰਸ਼ੋ, ਦਮਦਮਾ ਸਥਾਨ ਜੋ ਅੱਜ ਮੌਜੂਦ ਹੈ ਬਾਬਾ ਵੀਰ ਸਿੰਘ ਨਿਰੰਗਾਬਾਦੀ ਹੈ, ਮਹਾਂਪੁਰਸ਼ਾਂ ਦੇ ਹੱਥੀਂ ਤਿਆਰ ਕੀਤਾ ਦਮਦਮਾ, ਆਪਣੇ ਜਿਉਂਦੇ ਜੀ ਬਾਬਾ ਜੀ ਨੇ ਆਖ ਦਿੱਤਾ ਦਮਦਮਾ ਦੀ ਤਿਆਰੀ ਕਰੋ, ਮੇਰਾ ਸਥਾਨ ਕਾਇਮ ਕਰੋ। ਅਸਥਾਨ ਕਾਇਮ ਹੋ ਕੇ ਤਿਆਰ ਹੋ ਗਿਆ, ਮਨ ਵਿੱਚ ਵਿਚਾਰ ਉਤਪੰਨ ਹੋਈ ਕਿ ਜੇ ਮੈਂ ਆਖ ਦਿੱਤਾ ਕਿ ਅਸਥਾਨ ਮੈਨੂੰ ਪ੍ਰਵਾਨ ਹੈ ਤੇ ਬਾਬਾ ਵੀਰ ਸਿੰਘ ਚਲੇ ਨਾ ਜਾਏ, ਆਖਦਾ ਬਾਬਾ ਜੀ ਚੰਗਾ ਨਹੀਂ ਬਣਿਆ ਢਾ ਦਿਓ। ਸਤਿਵਚਨ ਮਹਾਰਾਜ, ਸਤਿਵਚਨ ਅਸਥਾਨ ਢਾ ਦਿੱਤਾ, ਫਿਰ ਬਣਾ ਦਿੱਤਾ, ਦੂਸਰੀ ਵਾਰ ਫਿਰ ਤਿਆਰ ਕਰ ਦਿੱਤਾ, ਫਿਰ ਬਾਬਾ ਵੀਰ ਸਿੰਘ ਖੜਾ ਹੋ ਗਿਆ ਜਾ ਕੇ, ਬਾਬਾ ਜੀ ਹੁਕਮ ਪ੍ਰਵਾਨ ਕਰੋ। ਨਹੀਂ ਬਾਬਾ ਜੀ ਪ੍ਰਵਾਨ ਨਹੀਂ ਹੈ, ਪਸੰਦ ਨਹੀਂ ਆਇਆ, ਢਾ ਦਿਓ। ਫਿਰ ਢਾ ਦਿੱਤਾ। ਤੀਸਰੀ ਵਾਰ ਜਦ ਅਸਥਾਨ ਤਿਆਰ ਹੋਣ ਲੱਗਾ, ਸਾਧ ਸੰਗਤ ਜੀ ਕੋਈ ਸਾਡੇ ਵਰਗੇ ਰਾਹੀ ਚਲੇ ਜਾਂਦੇ ਸੀ, ਕਹਿੰਦੇ ਸਾਧਾਂ ਨੂੰ ਕੀ ਕੜਛੀ ਦਾਲ ਦੀ ਰੋਟੀ ਲੰਗਰ ਦੀ ਮਿਲ ਜਾਂਦੀ ਹੈ, ਢਾ ਦਿਓ ਬਣਾ ਦਿਓ, ਉਹਨਾਂ ਨੂੰ ਕੀ ਫਰਕ ਪੈਂਦਾ। ਇਤਿਹਾਸ ਵਿੱਚ ਲਿਖਿਆ ਹੈ ਕਿ ਬਾਬਾ ਵੀਰ ਸਿੰਘ ਮਹਾਰਾਜ ਨੇ ਲੰਗਰ ਦਾ ਆਹਾਰ ਛੱਡ ਦਿੱਤਾ, ਢਿੱਡ ਤੇ ਇੱਟਾਂ ਇੱਟਾਂ ਬੰਨ ਲਈਆਂ, ਸਵਾ ਨਦੀ ਕੋਲੋਂ ਲੰਘਦੀ ਸੀ ਉਹਦਾ ਪਾਣੀ ਪੀ ਕੇ ਆਪਣੀ ਮਨ ਦੀ ਤ੍ਰਿਪਤੀ ਕਰ ਲੈਣ। ਅਸਥਾਨ ਬਣਨ ਲੱਗ ਗਿਆ, ਤਿਆਰ ਹੋ ਗਿਆ, ਹੱਡੀਆਂ ਦਾ ਪਿੰਜਰ ਬਾਬਾ ਵੀਰ ਸਿੰਘ ਆ ਕੇ ਬਾਬਾ ਸਾਹਿਬ ਸਿੰਘ ਦੇ ਦਰਬਾਰ ਵਿੱਚ ਖੜਾ ਹੋ ਗਿਆ ਤੇ ਬਾਬਾ ਜੀ ਦੇ ਅੱਖਾਂ ਵਿੱਚ ਅੱਥਰੂ ਡਿੱਗ ਰਹੇ ਨੇ, ਆਖਦੇ ਨੇ ਵੀਰ ਸਿੰਘ ਤੂੰ ਹੁਣ ਦਰਸ਼ਨੀਕ ਹੋ ਗਿਆ ਹੈ, ਤੂੰ ਹੁਣ ਦਰਸ਼ਨ ਕਰਨ ਦੇ ਲਾਇਕ ਨਹੀਂ ਰਹੇ, ਹੁਣ ਜੇ ਬਾਬਾ ਸਾਹਿਬ ਸਿੰਘ ਵੀ ਤੇਰੇ ਦਰਸ਼ਨ ਕਰਨ 'ਚ ਆਏਗਾ ਤਾਂ ਆ ਗਿਆ ਲੈ ਬਗੈਣਾ, ਉਹ ਵੀ ਤੇਰੇ ਨਹੀਂ ਆਏਗਾ, ਜਾ ਆ ਦੇਗਾ ਲੈ ਜਾ, ਕਿਤੇ ਗੁਰੂ ਨਾਨਕ ਦਾ ਲੰਗਰ ਕੜਕੀ ਨਾ ਹੋ ਜਾਏ। ਸਾਧ ਸੰਗਤ ਜੀ, ਦੇਗਾਂ ਜਿਹੜੀਆਂ ਸਨ ਛੋਟੀਆਂ ਮੋਟੀਆਂ ਦੇਗਾਂ ਨਹੀਂ ਸਨ, 35 ਮਣ ਲੰਗਰ ਦਾ, 35 ਮਣ ਲੂਣ ਕੱਚਾ ਲੰਗਰ ਦਾ ਇੱਕ ਟਾਈਮ ਦਾ ਪੱਕਦਾ ਸੀ ਉਸ ਲੰਗਰ ਵਿੱਚ, ਇੱਕ ਤੱਕ ਰੋਟੀ ਦਾ ਇੱਕ ਪਾਸਾ ਪਕਾਇਆ ਜਾਂਦਾ ਸੀ, ਸੰਗਤਾਂ ਇੰਨੀਆਂ ਹੁੰਦੀਆਂ ਸਨ ਕਿ ਦੂਸਰਾ ਪਾਸਾ ਪਕਾਉਣ ਨੂੰ ਸਮਾਂ ਨਹੀਂ ਹੋਇਆ ਕਰਦਾ ਸੀ। 7 ਡੰਡੇ ਲੈ ਕੇ ਬੰਦਾ ਦੇਗ ਵੀ ਉਤਰਦਾ ਸੀ, ਦੇਗ ਦੀ ਸਫਾਈ ਕਰਦਾ ਸੀ। ਆਖ ਦਿੱਤਾ ਵੀਰ ਸਿੰਘ ਇਹ ਦੇਗਾਂ ਵੀ ਲੈ ਜਾ, ਇਹ ਲੰਗਰ ਦਾ ਸਾਧੋ ਸਮਾਨ ਵੀ ਲੈ ਜਾ, ਜਾ ਨਿਰੰਗਾਬਾਦ ਜਾ ਕੇ ਗੁਰੂ ਨਾਨਕ ਦਾ ਲੰਗਰ ਚਲਾ, ਸਮਾਂ ਆਏਗਾ ਬਿੱਲਾ ਆਏਗਾ, ਇਹਨਾਂ ਸਾਰੇ ਕਿਲਿਆਂ ਨੂੰ ਉਹਨਾਂ ਸਾਹਿਬ ਦੀ ਧਰਤੀ ਨੂੰ ਦੇਸ਼ ਤੋਂ ਨਾਬੂਦ ਕਰ ਦਿੱਤਾ ਜਾਏਗਾ, ਪਰ ਗੁਰੂ ਨਾਨਕ ਦਾ ਲੰਗਰ ਕੜਕੀ ਨਹੀਂ ਹੋਣਾ ਚਾਹੀਦਾ। ਬੀਰ ਸਿੰਘ ਗਲ ਵਿੱਚ ਪੱਲਾ ਪਾ ਕੇ ਖੜੋ ਗਿਆ, ਬਾਬਾ ਜੀ ਮੈਂ ਤਾਂ ਫਕੀਰ ਹਾਂ, ਮੇਰੇ ਕੋਲ ਸਾਧਨ ਕਿੱਥੇ ਤੇਰਾ ਐਡਾ ਵੱਡਾ ਲੰਗਰ ਚਲਾਉਣ ਦਾ, ਜਾ ਵੀਰ ਸਿੰਘ ਖੜੀਆ ਵੀ ਲੈ ਜਾ, ਹੱਥ ਤੇਰਾ ਤੇ ਖੀਸਾ ਸਾਡਾ ਹੋਵੇਗਾ। ਸੋ ਗੁਰਮੁਖ ਪਿਆਰਿਓ, ਉਹ ਲੰਗਰ ਜਾ ਕੇ ਬਾਬਾ ਵੀਰ ਸਿੰਘ ਨਿਰੰਗਾਬਾਦ ਚਲਾਏ, ਫਿਰ ਇਤਿਹਾਸ ਸਾਕਸ਼ੀ ਹੈ, ਅੰਤ ਸਮਾਂ ਬਾਬਾ ਵੀਰ ਸਿੰਘ ਮਹਾਰਾਜ ਦਾ, ਜਾਣ ਲੱਗੇ ਭਵਿੱਖ ਬਚਨ ਨਹੀਂ ਕਰ ਦਿੱਤੇ ਬਾਬਾ ਸਾਹਿਬ ਸਿੰਘ ਮਹਾਰਾਜ ਨੇ। ਆਖ ਦਿੱਤਾ ਵੀਰ ਸਿੰਘ ਜਾਣ ਤੋਂ ਪਹਿਲੇ ਕੁਝ ਸਾਡੀਆਂ ਗੱਲਾਂ ਸੁਣ ਜਾ, ਸਾਡੀਆਂ ਵਿਚਾਰਾਂ ਨਾਲ ਲੈ ਕੇ ਜਾਈ, ਸਮਾਂ ਆਏਗਾ ਜਦੋਂ ਅਸੀਂ ਇਸ ਧਰਤੀ ਤੋਂ ਕੂਚ ਕਰ ਜਾਣਾ ਹੈ ਤੇ ਸਿੱਖ ਰਾਜ ਵਿੱਚ ਅਰਾਜਕਤਾ ਫੈਲ ਜਾਏਗੀ। ਪਰ ਵੀਰ ਸਿੰਘ ਜਦੋਂ ਤੂੰ ਜਾਏਗਾ ਤੇਰੇ ਭਰਾ ਤੇਰਾ ਕਤਲ ਕਰਨਗੇ ਤੇ ਸਿੱਖ ਰਾਜ ਵਿੱਚ ਅੰਧਕਾਰ ਮੱਚ ਜਾਏਗਾ, ਪਰ ਜਦ ਤੱਕ ਤੇਰੇ ਕਤਲ ਦਾ ਪ੍ਰਾਸ਼ਚਿਤ ਨਹੀਂ ਹੋਵੇਗਾ ਤੇ ਇਹਦਾ ਮੁੜ ਰਾਜ ਵੀ ਨਹੀਂ ਆਏਗਾ।
ਧੰਨ ਧੰਨ ਬਾਬਾ ਜਵਾਲਾ ਸਿੰਘ ਮਹਾਰਾਜ ਹਰਖੋਵਾਲ ਮਾਲ ਵਾਲੇ ਵਾਲੇ ਮਹਾਂਪੁਰਸ਼ ਅਕਾਲ ਤਖ਼ਤ 'ਤੇ ਜਾ ਕੇ ਸਾਡੇ ਆਗੂਆਂ ਕੋਲ ਬੇਨਤੀ ਕੀਤੀ ਕਿ ਗੁਰੂ ਨਾਨਕ ਦੇ ਦਰ ਕਰਦੇ ਕਿਸੇ ਕੀਟ ਨੇ ਇੱਕ ਬਚਨ ਕੀਤਾ ਹੈ ਕਿ ਭਾਈ ਪ੍ਰਾਸ਼ਚਿਤ ਕਰ ਲਓ ਬਾਬਾ ਵੀਰ ਸਿੰਘ ਦੇ ਕਤਲ ਦਾ, ਤੁਹਾਡਾ ਰਾਜ ਆ ਜਾਏ। ਉਲਟੇ ਸ਼ਬਦ ਐਸੇ ਆਖੇ ਗਏ, ਐਸੇ ਅੱਖਰ ਆਖੇ ਗਏ ਕਿ ਮਹਾਂਪੁਰਸ਼ ਵੀ ਆਉਂਦੇ ਸਰਪ ਕੇ ਆਏ। ਉਹਨਾਂ ਮਹਾਂਪੁਰਸ਼ਾਂ ਦੇ ਬਚਨ, ਉਹਨਾਂ ਮਹਾਂਪੁਰਸ਼ਾਂ ਨੂੰ, ਇੱਕ ਮਹਾਂਪੁਰਸ਼ ਨੂੰ ਦੁੱਖ ਦੇਣ ਦਾ ਇਤਨਾ ਘੋਰ ਘਾਟਾ ਅਸੀਂ ਖਾਧਾ ਇਸ ਕੌਮ ਨੇ ਬਾਬਾ ਵੀਰ ਸਿੰਘ ਮਹਾਰਾਜ ਦੇ। ਯਤਨ ਕਰੀਏ, ਉਹਨੇ ਸੋਝੀ ਦੇਈਏ ਕਿ ਮਹਾਂਪੁਰਸ਼ ਨੂੰ ਜਿਸ ਦੇ ਉੱਤੇ ਤਾਂ ਜ਼ੁਲਮ ਹੋਇਆ ਕਿ ਉਹਦਾ ਪ੍ਰਾਸ਼ਚਿਤ ਕਰਨਾ ਔਖਾ ਕੰਮ ਹੈ। ਸਤਿਗੁਰ ਦੇ ਹਜ਼ੂਰੀ ਵਿੱਚ ਜਾ ਕੇ ਗਲ 'ਚ ਪੱਲਾ ਪਾ ਕੇ ਮਾਫ਼ੀ ਮੰਗ ਲਓ, ਗੁਰੂ ਕਿਰਪਾ ਕਰ ਦੇਗਾ, ਪਰ ਕੋਈ ਤਰਨ ਨੂੰ ਤਿਆਰ ਨਹੀਂ। ਐਸੇ ਐਸੇ ਮਹਾਂਪੁਰਸ਼ਾਂ ਦੇ ਮਹਾਨ ਜੀਵਨਾਂ ਨਾਲ ਇਹਨਾਂ ਮਹਾਂਪੁਰਸ਼ਾਂ ਦਾ ਪਿਛੋਕੜ ਜੁੜਿਆ ਹੋਇਆ ਹੈ, ਫਿਰ ਭਾਈ ਕਿਉਂ ਨਾ ਕਿਰਪਾ ਹੋਵੇ, ਕਿਉਂ ਨਾ ਬਖਸ਼ਿਸ਼ ਹੋਵੇ, ਕਿਉਂ ਨਾ ਤੁਹਾਨੂੰ ਪਤਾ ਲੱਗੇ ਕਿ ਬਾਬਾ ਆਖਦਾ ਹੈ। ਬਾਬੇ ਦੀ ਬਾਣੀ ਜਿਸ ਨੂੰ ਤੰਤ ਸ੍ਰੀ ਗ੍ਰੰਥ ਸਾਹਿਬ ਮਹਾਰਾਜ ਅੱਗੇ ਨਮਸਕਾਰ ਕਰਦੇ ਹਾਂ, ਕਦੇ ਇਸ ਨੂੰ ਸਵਾਲ ਕਰੋ ਬਾਬਾ ਕੀ ਆਖਦਾ ਹੈ। ਬਾਬਾ ਤਾਂ ਹਰ ਬਾਣੀ ਕਦੇ ਇੱਕੋ ਹੀ ਗੱਲ ਆਖਦਾ ਹੈ ਕਿ ਸੰਗਤ ਕਿਹਦੀ ਕਰਨੀ ਹੈ। ਠੀਕ ਹੈ, ਸੰਗਤ ਕਰੀਏ ਸਾਧਕੀ, ਇਸ 'ਚ ਕੋਈ ਸ਼ੱਕ ਨਹੀਂ, ਸੰਗਤ ਕਰਨੀ ਸਾਧੂ ਦੀ ਚਾਹੀਦੀ ਹੈ। ਫਿਰ ਬਾਬੇ ਨੇ ਖਤਮ ਹੀ ਕਰਤੀ ਸਾਰੀ ਗੱਲ, ਬਾਬੇ ਨੇ ਦੇਖਿਆ ਸਗਲੀ ਧਰਤੀ ਸਾਧਕੀ ਤਸਕਰ ਬੈਸਰ ਗਾਏ। ਬਾਬਾ ਧਰਤੀ ਹੀ ਸਾਧੂਆਂ ਦੀ ਹੈ, ਤੇ ਸਾਧੂ ਹਰ ਜੀਵਨ ਹਰ ਜੀਵ ਹਰ ਪ੍ਰਾਣੀ ਨੂੰ ਬਣਾਇਆ, ਪਰ ਅੱਜ ਦੇ ਤਸਕਰ ਨੇ ਕੀ ਆਖਦੇ ਸਾਧੂ ਹੋਣਾ ਨਹੀਂ ਚਾਹੀਦਾ। ਪਰ ਸਾਧੂ ਕੈਸਾ, ਗੁਰੂ ਪਾਤਸ਼ਾਹ ਦੀ ਬਾਣੀ ਆਖਦੀ ਹੈ ਸੰਗਤ ਵੀ ਕਰ, ਫਿਰ ਕਿਸਦੀ ਕਰ? ਜਿਹਨਾਂ ਦੱਸਦੇ ਆ ਦੁਰਮਤ ਵੰਜੇ ਮਿੱਤਰ ਸਾਡਾ ਸਹੀ, ਜਿਹਦੇ ਦਰਸ਼ਨ ਕੀਤੀਆਂ ਦੁਰਮਤ ਖਤਮ ਹੋ ਜਾਵੇ, ਗੁਰੂ ਦੀ ਮਤ ਪ੍ਰਾਪਤ ਹੋ ਜਾਵੇ। ਇਹ ਨਹੀਂ ਕਿ ਸਿਆਣੇ ਬਣ ਕੇ ਬਾਬੇ ਦਰਬਾਰ ਵਿੱਚ ਆ ਕੇ ਮੰਗ ਪੰਗੀਏ ਬਾਬੇ ਦਰਬਾਰ ਤੋਂ, ਬਾਬਾ ਮੈਨੂੰ ਦੇ ਦੇ ਕੁਛ। ਨਹੀਂ ਭਾਈ, ਸਿਆਣੇ ਬਣ ਕੇ ਨਹੀਂ, ਇੱਥੇ ਸਿਆਣੇ ਬਣ ਕੇ ਦਾਤ ਮਿਲਦੀ ਹੈ, ਫਿਰ ਕੈਸਾ ਸਾਧੂ? ਬਾਬੇ ਦੀ ਬਾਣੀ ਸਪਸ਼ਟ ਕਰਦੀ ਹੈ ਕੈਸਾ ਸਾਧੂ, ਉਹ ਸਾਧੂ ਜੋ ਗੁਰੂ ਨਾਨਕ ਵਰਗਾ ਹੋਵੇ। ਉਹ ਕੌਣ ਹੋਵੇਗਾ ਗੁਰੂ ਨਾਨਕ ਵਰਗਾ ਭਾਈ, ਕੌਣ ਹੋਵੇਗਾ, ਕੌਣ ਹੋਵੇਗਾ ਕੈਸਾ ਸਾਧੂ? ਜਿਸ ਬਾਰੇ ਬਾਬਾ ਕਹਿੰਦਾ, ਜਿਹਨਾਂ ਨਵਿਸਰੇ ਨਾਮ ਸੇ ਕਨਹਿਆ ਭੇਦ ਨਾ ਜਾਣੇ ਮੂਲ, ਸਾਈ ਜਿਹਾ ਮੇਰੇ ਚਰ ਸਾਧੂ 'ਚ ਕੋਈ ਭੇਦ ਨਾ ਹੋਵੇ। 24 ਘੰਟੇ ਉਸ ਪਰਮੇਸ਼ਰ ਨਾਲ ਜੁੜਿਆ ਹੋਵੇ, 24 ਘੰਟੇ ਹਰ ਵੇਲੇ ਉਸ ਪਰਮੇਸ਼ਰ ਦੀ ਬੰਦਗੀ ਨਾਲ ਜੁੜਿਆ ਹੋਵੇ, ਹਰ ਵੇਲੇ ਉਸ ਮਾਲਕ ਦੀ ਰਜ਼ਾ ਵਿੱਚ ਰਹੇ, ਉਸਦਾ ਹੁਕਮ ਮੰਨਣਾ ਜਾਣਦਾ ਹੋਵੇ, ਫਿਰ ਇਹ ਤੈਨੂੰ ਦਰਸਾਵੇ ਸਾਧੂ ਕੀ ਆਖਦਾ ਹੈ, ਸਾਧੂ ਕੀ ਕਹਿੰਦਾ ਹੈ। ਤੂੰ ਮਾਇਆ ਮੰਗਦਾ? ਨਾ ਭਾਈ, ਮਾਇਆ ਤਾਂ ਸਾਧੂ ਨੇ ਕਦੀ ਨਹੀਂ ਕਿਹਾ ਤੁਹਾਨੂੰ, ਉਹ ਕਹਿੰਦਾ ਨਮਸਕਾਰ ਕਰ ਮੈਨੂੰ, ਕੋਈ ਸਾਧੂ ਨਹੀਂ ਕਹਿੰਦਾ। ਇਹ ਤਾਂ ਸਾਧੂ ਦੇ ਅੰਦਰ ਜੋ ਚੁੰਬਕ ਹੈ ਨਾ, ਉਹਦੇ ਖਿੱਚੀਆਂ ਤੁਸੀਂ ਖਿੱਚੇ ਜਾਂਦੇ ਹੋ। ਇਹ ਜੰਗਲ ਬੀਆਬਾਨ ਸੀ ਨਾ, ਯਾਦ ਰੱਖਿਆ ਜੇ, ਤੀਰਥ ਸਾਧੂ ਪੈਦਾ ਨਹੀਂ ਕਰਦੇ, ਤੀਰਥ ਸਾਧੂ ਪੈਦਾ ਨਹੀਂ ਕਰਦੇ, ਸਾਧੂ ਤੀਰਥ ਪੈਦਾ ਕਰਦੇ ਨੇ। ਇਹ ਤੀਰਥ ਸਥਾਨ ਮਹਾਂਪੁਰਸ਼ਾਂ ਨੇ ਕਾਇਮ ਕੀਤਾ ਨਾ, ਧੰਨ ਧੰਨ ਬਾਬਾ ਬਲਵੰਤ ਸਿੰਘ ਮਹਾਰਾਜ ਦੀ ਕਿਰਪਾ ਸਦਕੇ, ਜਿਹਨੇ ਆ ਕੇ ਇਹ ਸੁੰਦਰ ਨਵਾਂ ਮਸਤੂਆਣਾ ਤਿਆਰ ਕਰਕੇ ਆਪਣੇ ਨਜ਼ਰ ਕਰ ਦਿੱਤਾ। ਕਿਰਪਾ ਕਿਸ ਦੀ ਹੈ? ਉਸ ਮਾਲਕ ਦੀ ਜਿਸਦਾ ਸਾਧੂ ਹੈ, ਜਿਸਦਾ ਸਾਧੂ ਹੈ, ਉਹ ਆਪ ਉਸਦੇ ਵਿੱਚ ਵਿਚਰਦਾ ਹੈ, ਔਰ ਉਸਦੇ ਹਰ ਕਾਰਜ ਵਿੱਚ ਹਰ ਕੰਮ ਵਿੱਚ ਆਪ ਸਹਾਈ ਹੁੰਦਾ ਹੈ। ਅਤੇ ਕੀ ਆਖਦੇ ਨੇ ਮਹਾਂਪੁਰਸ਼ ਤੁਹਾਨੂੰ ਕਥਾ ਕੀਰਤਨ ਵਿੱਚ? ਇੱਕੋ ਹੀ ਗੱਲ ਆਖਦੇ ਨੇ, ਭਾਈ ਆਪਣੇ ਆਪ ਨੂੰ ਪਛਾਣੋ, ਅਸੀਂ ਸੰਸਾਰ ਵਿੱਚ ਲੈਣ ਕੀ ਆਏ ਹਾਂ, ਕਦੀ ਇਹ ਸੋਚੋ ਕਿ ਸਾਡਾ ਕਰਮ ਹੈ। ਬਾਬੇ ਦੀ ਬਾਣੀ ਵੀ ਆਖਦੀ ਹੈ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਆਪਣੇ ਆਪ ਨੂੰ ਪਛਾਣ, ਕਿ ਮੈਂ ਸੰਸਾਰ ਵਿੱਚ ਲੈਣ ਕੀ ਆਇਆ ਹਾਂ, ਕੀ ਸੀ ਥੁੜਿਆ ਮੇਰੇ ਬਗੈਰ ਜੇ ਮੈਂ ਨਾ ਆਉਂਦਾ ਧਰਤੀ 'ਤੇ। ਭਾਈ ਕਿਉਂ ਇਹ ਭਾਰ ਪਾਇਆ ਨਾ, ਕਿਉਂ? ਗੁਰੂ ਨੇ ਬਖਸ਼ਿਸ਼ ਕੀਤੀ, ਰਹਿਮਤ ਕੀਤੀ ਹੈ ਉਸ ਗੁਰੂ ਨਾਨਕ ਨੇ,
ਕਿ ਤੈਨੂੰ ਇਹ ਮਾਨਕ ਦੇਈ ਬਖਸ਼ੀ ਹੈ, ਅਵਰ ਜੋਨ ਤੇਰੀ ਪਨਹਾਰੀ ਇਸ ਧਰਤੀ 'ਤੇ ਤੇਰੀ ਸਿਕਦਾਰੀ, 84 ਲੱਖ ਜੂਨਾਂ ਦੀ ਤੈਨੂੰ ਸਰਦਾਰੀ ਬਖਸ਼ੀ ਹੈ ਕਿਸੇ ਵਿਸ਼ੇਸ਼ ਕਰਮ ਦੇ ਲਈ, ਵਿਸ਼ੇਸ਼ ਕੰਮ ਦੇ ਲਈ। ਜਿਸ ਬਾਣੀ ਨੂੰ ਤੂੰ ਰੋਜ਼ ਪੜ੍ਹਦਾ ਹੈ, ਕਦੀ ਉਸਨੂੰ ਵਾਚਦਾ ਨਹੀਂ ਬਾਬਾ ਕੀ ਆਖਦਾ ਹੈ, ਕੀ ਆਖਦਾ ਬਾਬਾ, ਕਦੀ ਬਖਸ਼ਿਆ ਕਰ, ਕੀ ਆਖਦਾ ਬਾਬਾ। ਜੇ ਤੂੰ ਜਨਮ ਜਨਮ ਬਖਸ਼ਿਆ, ਜਨਮ ਜਨਮ ਕੀ ਇਸ ਮਨ ਕੋ ਮਨ ਲਾਗੀ, ਕਾਲਾ ਹੁਆ ਸਿਆਹ, ਕਾਲਾ ਸਿਆਹ ਮਾਨ ਜਨਮ ਜਮਾਂਤਰਾਂ ਦੀ ਮੈਲ ਨਾਲ ਭਰਿਆ ਹੋਇਆ ਤੇਰਾ ਅੰਦਰ ਹੈ, ਉਸਦੀ ਸਫਾਈ ਕਰਨ ਲਈ ਗੁਰੂ ਨਾਨਕ ਨੇ ਤੇਰੇ 'ਤੇ ਰਹਿਮਤ ਕਰਕੇ ਤੈਨੂੰ ਮਾਨਕ ਦੇਈ ਬਖਸ਼ੀ ਹੈ। ਚਿੱਤ ਦਿੱਤਾ ਹੈ ਚਿੰਤਨ ਕਰਨ ਲਈ, ਮਨ ਦਿੱਤਾ ਮਨਨ ਕਰਨ ਲਈ, ਹਿਰਦਾ ਦਿੱਤਾ ਹੈ ਆਰਾਧਨਾ ਕਰਨ ਲਈ। ਜੇ ਹਰਦੇ ਹਿਰਦੇ ਨੇ ਕੁਝ ਆਰਾਧਨਾ ਤਾਂ ਪਰਮੇਸ਼ਰ ਦਾ ਨਾਮ ਆਰਾਧੋ, ਪਰਮੇਸ਼ਰ ਦੀ ਬੰਦਗੀ ਵੀ ਜੁੜਨ ਦਾ ਤੈਨੂੰ ਇੱਕ ਸਮਾਂ ਬਖਸ਼ਿਆ ਹੈ ਨਾ, ਸਮਾਂ ਬਖਸ਼ਿਆ। ਪਰ ਇਸ ਨੂੰ ਅਸੀਂ ਨਹੀਂ ਸਮਝਦੇ, ਕਲਯੁਗ ਦੇ ਰੰਗ ਤਮਾਸ਼ਿਆਂ ਵਿੱਚ ਘੁੰਮ ਕੇ ਭੁੱਲ ਜਾਈਦਾ। ਪਰ ਯਾਦ ਕੌਣ ਕਰਾਉਂਦਾ ਹੈ? ਇੱਕ ਸੱਚਾ ਸਾਧੂ ਤੈਨੂੰ ਹੋਕਾ ਦੇ ਕੇ, ਆਵਾਜ਼ ਮਾਰ ਕੇ, ਤੈਨੂੰ ਆਵਾਜ਼ ਮਾਰ ਕੇ ਸਮਝਾਉਂਦਾ ਹੈ ਕਿ ਬੰਦਿਆ ਐਵੇਂ ਜਨਮ ਨਾ ਗਵਾ, ਮਾਨਕ ਦੇਈ ਐਵੇਂ ਨਾ ਗਵਾ, ਇਹ ਤੈਨੂੰ ਵਿਸ਼ੇਸ਼ ਕਰਮ ਲਈ ਭੇਜਿਆ ਹੈ। ਕਿਵੇਂ ਤੇਰੇ ਅੰਦਰ ਦੀ ਸਫਾਈ ਹੋਣੀ ਹੈ? ਰੋਜ਼ ਬਾਣੀ ਪੜ੍ਹਦੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੁਨ ਲਈਏ ਉਹ ਧੋਏ, ਭਰੀਏ ਮਤ ਪਾਪਾਂ ਕੇ ਸੰਗ, ਉਹ ਤੋਪੇ ਨਾਵੇ ਕੇ ਰੰਗ। ਨਾਮ ਜਪ, ਬੰਦਗੀ ਕਰ, ਪਰਮੇਸ਼ਰ ਦੀ ਆਰਾਧਨਾ ਕਰ। ਜੇ ਪਰਮੇਸ਼ਰ ਦੀ ਆਰਾਧਨਾ ਨਹੀਂ ਕਰ ਸਕਦਾ ਤੇ ਭਾਈ ਤੇਰਾ ਵਿਅਰਥ ਹੈ ਜਾਣਾ, ਲੱਭਦਾ ਕਿੱਥੇ, ਕਿੱਥੇ ਲੱਭਦਾ ਉਸ ਪਰਮੇਸ਼ਰ ਨੂੰ? ਭਾਈ ਤੁਹਾਨੂੰ ਕੋਈ ਸਵਾਲ ਕਰ ਦਿੱਤੇ, ਕੀ ਲੈਣ ਆਏ ਹੋ ਭਾਈ ਇੱਥੇ, ਕਿਸ ਕਰਮ ਲਈ ਇੱਥੇ ਆਏ ਹੋ? ਕੋਈ ਆਖੇਗਾ ਮਹਾਰਾਜ ਜੀ ਮਾਇਆ ਦੀ ਲੋੜ ਹੈ, ਪੁੱਤਰ ਦੀ ਲੋੜ ਹੈ, ਪਰ ਕੋਈ ਵਿਰਲਾ ਹੋਵੇਗਾ ਜਿਹੜੀ ਅਸਲੀ ਦਾਤ ਲੈਣ ਲਈ ਆਇਆ ਹੋਵੇਗਾ, ਜਿਸ ਕਾਰਨ ਤੈਨੂੰ ਸਾਤੇ ਨੇ ਸੰਸਾਰ ਵਿੱਚ ਭੇਜਿਆ। ਕਿਹੜਾ ਬੰਦਾ ਜਿਹੜਾ ਮੰਗਦਾ ਹੋਏਗਾ ਦਾਤ, ਵਿਸਰਨਾ ਹੀ ਦਾਤਾਰ, ਆਪਣਾ ਨਾਮ ਦਿਓ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਹੋ ਹੋ, ਕਿਹੜੀ ਇਹ ਮੰਗ ਲੈ ਕੇ ਆਇਆ, ਉਹ ਅਸਲੀ ਮੰਗ ਹੈ? ਤੇ ਦੁਨੀਆਂ ਦੇ ਪੈਸੇ ਰੰਗ ਤਮਾਸ਼ੇ ਤੇ ਇੱਥੇ ਰਹਿ ਜਾਣੇ ਨੇ ਨਾ, ਇੱਥੇ ਰਹਿ ਜਾਣੇ ਨੇ, ਆਇਆ ਕਿਸ ਜਾਣਾ ਸਭ ਨੇ। ਮਹਾਂਪੁਰਖ ਬਾਰ ਬਾਰ ਦ੍ਰਿਸ਼ਟਾਂਤ ਦੇ ਕੇ ਸਮਝਾਉਂਦੇ ਨੇ ਕਿ ਭਾਈ ਇਹ ਜਨਮ ਤੇਰਾ ਖਤਮ ਹੋਣ ਵਾਲਾ ਹੈ। ਦਰਕਿਨਾਰ ਬਹੁਤ ਹਿੱਤ ਜਾਸੇ ਸਦਾ ਰਹਿਤ ਸੰਗ ਲਾਗੀ, ਜਬੀ ਹੰਸ ਤਜੀਏ ਕਾਇਆ, ਪ੍ਰੇਤ ਪ੍ਰੇਤ ਕਰਭਾਗੀ, ਜਿਹਨਾਂ ਖਾਤੇ ਤੋਂ ਸਾਰਾ ਦਿਨ ਟੁੱਟਦਾ ਫਿਰਦਾ, ਨਾ ਗਰਮੀ ਦੇਖਦਾ, ਨਾ ਪਸੀਨਾ ਦੇਖਦਾ, ਨਾ ਦੁੱਖ ਦੇਖਦਾ, ਨਾ ਤਲੀਕ ਦੇਖਦਾ, ਨਾ ਠੱਗੀ ਕਰਨ ਲੱਗੇ ਮਿੰਟ ਲਾਨਾ, ਕਿਹਨਾਂ ਖਾਤੇ ਤੋਂ ਇਹ ਸਾਰੇ ਕਰਮ ਕਰਦਾ? ਬਾਬੇ ਦੀ ਬਾਣੀ ਸਪਸ਼ਟ ਕਰ ਦਿੰਦੀ ਹੈ ਕਿ ਇਹਨਾਂ ਨੇ ਤੇਰੇ ਕਰਮ ਦੇ ਕੰਮ ਨਹੀਂ ਆਉਣਾ। ਮੰਗਣੀ ਕਿਹੜੀ ਦਾਤ ਹੈ? ਮੰਗਣ ਵਾਲੀ ਵਸਤੂ ਤੇ ਨਾਮ ਹੈ, ਪਰ ਮੰਗਦਾ ਬੰਦਾ ਕੀ ਹੈ? ਜਿਹਨੂੰ ਬਾਬਾ ਕਹਿੰਦਾ ਕੱਚਾ ਧਨ, ਕਾਚਾ ਧਨ ਸੰਚੇ ਮੂਰਖ ਗਵਾਰ, ਮਨਮੁਖ ਭੂਲੇ। ਬਾਬਾ ਕਹਿੰਦਾ ਬਾਣੀ ਦੁਆਰਾ ਕਹਿੰਦਾ, ਪ੍ਰਮਾਣ ਕਰਦਾ, ਕੱਚਾ ਧਨ, ਕਾਚਾ ਧਨ ਸੰਚੇ ਮੂਰਖ ਗਵਾਰ, ਮਨਮੁਖ ਭੂਲੇ ਅੰਧ ਗਵਾਰ, ਵਿਖਿਆ ਕੇ ਦਿਨ ਸਦਾ ਦੁੱਖ ਹੋਏ, ਨਾ ਸਾਥ ਜਾਏ ਨਾ ਪ੍ਰਾਪਤ ਹੋਏ। ਕਿਹੜਾ ਤੈਨੂੰ ਕਰਮ ਮਿਲਣਾ ਹੈ? ਕਿਹੜਾ ਸੱਚਾ ਧਨ? ਗੁਰਮਤੀ ਪਾਏ, ਜਿੱਥੇ ਤੂੰ ਆਇਆ ਇੱਥੇ ਗੁਰੂ ਕੀ ਮਤ ਲੈ ਜਾ, ਗੁਰੂ ਕੀ ਮਤ ਤੂੰ ਲੈ ਹੀ ਆਣੇ, ਸਿਆਣੇ ਬਣ ਕੇ ਨੀ ਕੱਖ ਮਿਲਣਾ ਇੱਥੇ, ਤੇ ਸਿਆਣਾ ਬਣ ਕੇ ਫਿਰ ਕਿੰਤੂ ਪ੍ਰੰਤੂ ਕਰਕੇ ਜਾਏਗਾ ਕਿ ਬਾਬਾ ਜੀ ਉੱਚੇ ਬੈਠੇ ਸਨ, ਨੀਵੇਂ ਬੈਠੇ ਸਨ, ਦਾੜੀ ਖੁੱਲੀ ਸੀ, ਬੱਝੀ ਸੀ, ਮੁੱਛ ਹਿਲਦੀ ਸੀ, ਇਹ ਸਵਾਲ ਲੈ ਕੇ ਜਾਏਗਾ? ਇੱਥੇ ਆ ਕੇ ਤਾਂ ਨਹੀਂ ਗੱਲ ਬਣਨੀ, ਤੇ ਆਤਮ ਸਮਰਪਣ ਹੈ, ਮਰ ਕੇ ਮਿਲਦਾ ਹੈ। ਗੁਰੂ ਨਾਨਕ ਦੇ ਧਰਮ ਵਿੱਚ ਪ੍ਰਵੇਸ਼ ਕਰਨ ਤੋਂ ਪਹਿਲੇ ਕਿਹੜਾ ਕਿਹੜੀ ਮੋਟੋ ਹੈ? ਪਹਿਲਾਂ ਮਰਨ ਕਬੂਲ, ਜੀਵਨ ਕੀ ਛੜਿਆਸ, ਹੋ ਹੋ ਸਭਨਾ ਕੀ ਰੇਨੁਕਾ, ਤੋ ਆਓ ਹਮਾਰੇ ਪਾਸ, ਧਰਤੀ ਦੀ ਰੇਨ ਬਣ ਜਾ, ਮਿਟਾ ਦੇ ਆਪਣੀ ਹਸਤੀ ਕੋ ਅਗਰ ਮਰਤਬਾ ਚਾਹੇ, ਦਾਨਾ ਖਾਕ ਸੇ ਮਿਲ ਕਰ ਕੁਲੇ ਗੁਲਜ਼ਾਰ ਹੋਤਾ ਹੈ। ਖਾਕ ਬਣ ਜਾ, ਧਰਤੀ ਆਪਣੇ ਆਪ ਨੂੰ ਮਿਟਾ ਦੇ, ਜੇ ਤੂੰ ਹੈ ਤੇ ਉਹ ਨਹੀਂ ਤੈਨੂੰ ਮਿਲ ਸਕਦਾ, ਕਿੱਥੇ ਲੱਭਦਾ ਹੈ? ਕਈ ਆਖਿਰ ਮਾਰੇ ਲੱਭ ਰਹੇ ਹਾਂ, ਪਰਮੇਸ਼ਰ ਲੱਭ ਰਹੇ ਹਾਂ, ਕਿੱਥੇ ਲੱਭ ਰਹੇ? ਲੱਭ ਉਸ ਵਸਤੂ ਨੂੰ ਰਿਹਾ ਇਨਸਾਨ ਜਿਹੜੀ ਗੁਆਚੀ ਕੋਈ ਨਹੀਂ, ਲੱਭ ਉਸ ਵਸਤੂ ਨੂੰ ਰਿਹਾ ਜਿਹੜੀ ਗੁਆਚੀ ਕੋਈ ਨਹੀਂ, ਜਿਸ ਵਸਤੂ ਤੋਂ ਬਿਨਾਂ ਇੱਕ ਪਲ ਇਨਸਾਨ ਜਿਉ ਨਹੀਂ ਸਕਦਾ, ਜਿਸ ਪਰਮੇਸ਼ਰ ਨੂੰ ਲੱਭ ਰਹੇ। ਤੇ ਬਾਬਾ ਦੀ ਬਾਣੀ ਸਪਸ਼ਟ ਕਰਦੀ ਹੈ ਕਿਵੇਂ ਮਿਲੇਗਾ,
ਕਿਹੜਾ ਪਿਆਰ ਗੁਰੂ ਨਾਲ ਕਰਨਾ ਹੈ? ਬਾਬਾ ਆਖਦਾ ਮੱਛੀ ਔਰ ਪਾਣੀ ਵਾਲਾ ਦਾ ਪਿਆਰ ਕਰ ਰੇ ਮਨ ਐਸੇ ਹਰ ਸਿਉਂ ਪ੍ਰੀਤ ਕਰ ਜੈਸੇ ਮਛਲੀ ਨੀਰ ਮੱਛੀ ਔਰ ਪਾਣੀ ਵਾਲਾ ਪਿਆਰ ਗੁਰੂ ਨਾਨਕ ਨਾਲ ਆਪਣੇ ਬਾਬੇ ਨਾਲ ਆਪਣੇ ਨਾਲ ਪਾ ਲੈ। ਤੰਦ ਮਿੰਟ ਮੱਛੀ ਪਾਣੀ ਤੋਂ ਦੂਰ ਚਲੀ ਜਾਵੇ ਤੇ ਜਾਨ ਦੇ ਦਿੰਦੀ ਹੈ। ਐਸਾ ਪਿਆਰ ਕਿ ਪਰਮੇਸ਼ਰ ਹੈ ਗੁਰੂ ਨਾਨਕ ਜੇ ਪਲ ਸਕਿੰਟ ਤੋਂ ਮੈਨੂੰ ਵਿਛੜ ਜਾਵੇ ਨਾ, ਇੱਕ ਪਲ ਜਾਂ ਸਕਿੰਟ ਆਖਾਂ ਜੀਵਾਂ ਵਿਸੜੇ ਮਰ ਜਾਵਾਂ, ਬਾਬੇ ਨਾਨਕ ਵਾਲੀ ਅਵਸਥਾ ਬਣਾ ਲੈ। ਕੀ ਹੈ ਮਾਂ ਬਾਬਾ ਤੂੰ ਸਾਰੀ ਰਾਤ ਨਾ ਸੋਨਾ ਹੈ, ਨਾ ਖਾਣਾ ਹੈ, ਨਾ ਪੀਣਾ ਹੈ, ਨਾ ਆਰਾਮ ਕਰਦਾ ਹੈ, ਹਰ ਵੇਲੇ ਤੇਰੇ ਬੁੱਲ ਚੱਲਦੇ ਰਹਿੰਦੇ ਨੇ, ਕੁਛ ਕਰ ਲੈ, ਕੁਛ ਖਾ ਲੈ, ਕੁਛ ਆਰਾਮ ਕਰ ਲੈ। ਤੇ ਬਾਬੇ ਨੇ ਕੀ ਆਖਿਆ ਸੀ? ਮਾਂ ਜੇ ਮੇਰੇ ਬੁੱਲ ਚੱਲਦੇ ਨੇ ਤੇ ਮੈਂ ਜਿਉਂਦਾ ਆਖਾਂ ਜੀਵਾਂ ਵਿਸਰੇ ਮਰ ਜਾਓ, ਐਸੀ ਅਵਸਥਾ ਬਣਾ ਲੈ। ਤੇ ਐਸੀ ਅਵਸਥਾ ਕਿਵੇਂ ਬਣੇਗੀ? ਮੱਛੀ ਔਰ ਪਾਣੀ ਦਾ ਪਿਆਰ ਪਾਏਗਾ ਤਦ ਬਣੇਗੀ। ਚੰਦ ਮਿੰਟ ਚੰਦ ਸਕਿੰਟ ਮੱਛੀ ਦਾ ਜੀਵਨ ਦੇਖੋ ਕਰ, ਖਾਣ ਵਾਲੇ ਮੱਛੀ ਲੈ ਜਾਂਦੇ ਨੇ, ਕੱਟਦੇ ਨੇ, ਟੋਟੇ ਕਰਦੇ ਨੇ, ਪਾਣੀ ਤੇ ਉਬਾਲਦੇ ਨੇ, ਕਿੰਨੇ ਤਸ਼ੀਹ ਦਿੰਦੇ ਨੇ। ਤੇ ਜਦ ਖਾਣ ਵਾਲੇ ਦੇ ਅੰਦਰ ਮੱਛੀ ਚਲੇ ਜਾਂਦੀ ਨਾ, ਕੀ ਆਖਦਾ? ਹਾਏ ਪਾਣੀ, ਹਾਏ ਪਾਣੀ, ਹਾਏ ਪਾਣੀ। ਬੰਦਾ ਕੋਈ ਪਾਣੀ ਮੰਗੇ ਨਾ, ਕਹਿ ਦੇਈਦਾ ਭਾਈ ਕਿਤੇ ਮੱਛੀ ਤਾਂ ਨਹੀਂ ਖਾਧੀ ਹੋਈ। ਤੁਸੀਂ ਕੀ ਸਮਝਦੇ ਹੋ ਕਿ ਮੱਛੀ ਦਾ ਕੋਈ ਉਹ ਇਨਸਾਨ ਪਾਣੀ ਮੰਗ ਰਿਹਾ? ਨਾ ਭਾਈ, ਉੱਥੇ ਮੱਛੀ ਪਾਣੀ ਮੰਗ ਰਹੀ ਹੈ, ਜੋ ਮਰ ਕੇ ਵੀ ਇਹੀ ਆਸ ਰੱਖਦੀ ਹੈ ਕਿ ਕਿਤੇ ਮੇਰਾ ਪਾਣੀ ਪਿਆਰਾ ਪਾਣੀ ਮਿਲ ਜਾਵੇ ਤੇ ਉਸ ਵਿੱਚ ਭੇਦ ਹੋ ਜਾਵਾਂ। ਇਹ ਤਮੰਨਾ ਰੱਖ, ਇਸ ਸੰਸਾਰ ਵਿੱਚ ਆਇਆ ਇਹ ਤਮੰਨਾ ਰੱਖ ਕਿ ਜੇ ਮੈਂ ਉਸ ਮਾਲਕ ਤੋਂ ਵਿਛੜ ਕੇ ਆਇਆ, ਰੋਇਆ ਸੈਂ, ਜਨਮ ਵੇਲੇ ਬੱਚਾ ਰੋਂਦਾ ਹੈ, ਨਾ ਰੋਏ ਤੇ ਕਹਿੰਦੇ ਮੁਰਦਾ। ਜਨਮ ਵੇਲੇ ਬੱਚਾ ਸੰਸਾਰ ਵਿੱਚ ਆਏ ਜੇ ਨਾ ਰੋਏ, ਡਾਕਟਰਾਂ ਦੀ ਨਿਗਾਹ ਵਿੱਚ, ਸਾਇੰਸ ਦੀ ਨਿਗਾਹ 'ਚ ਕਿ ਭਾਈ ਬੱਚਾ ਰੋਂਦਾ ਨਹੀਂ, ਸਵਾਸ ਨਹੀਂ ਆਉਂਦਾ, ਨਾ ਭਾਈ ਉਹ ਰੋਣਾ ਕਿਹੜਾ ਹੈ? ਉਸ ਪਿਤਾ ਦੇ ਪਰਮੇਸ਼ਰ ਦੇ ਦਰਬਾਰ ਤੋਂ ਵਿਛੜਨ ਦਾ ਰੋਣਾ ਹੈ। ਨਹੀਂ ਦਿਲ ਕਰਦਾ ਦੁਨੀਆ 'ਤੇ ਆਉਣ ਨੂੰ, ਪਰ ਜੇ ਆਉਂਦਾ ਹੈ ਤਾਂ ਰੋਣਾ ਸੰਸਾਰ ਦੇ ਰੰਗ ਤਮਾਸ਼ੇ 'ਚ ਭੁੱਲ ਜਾਂਦਾ, ਅਤੇ ਇਹ ਵੀ ਭੁੱਲ ਜਾਂਦਾ ਕਿ ਮੁੜ ਕੇ ਮੈਂ ਉੱਥੇ ਜਾਣਾ ਜਿੱਥੋਂ ਮੈਂ ਆਇਆ, ਉੱਥੇ ਜਾਣਾ। ਪਰ ਗੁਰੂ ਨਾਨਕ ਦਾ ਪਿਆਰ ਕੈਸਾ ਪਿਆਰ ਹੈ, ਕਦੀ ਇਹਦੇ ਵੱਲ ਵੀ ਝਾਤੀ ਮਾਰੋ। ਪਤੰਗੇ ਦਾ ਪਿਆਰ, ਭਵਰੇ ਦਾ ਪਿਆਰ, ਇਹ ਸਾਰੀਆਂ ਮਿਸਾਲਾਂ ਤੁਹਾਨੂੰ ਮਿਲਦੀਆਂ ਨੇ, ਪਰ ਸਾਰੇ ਪਿਆਰ ਇੱਕ ਪਾਸੇ ਦੇ। ਕਦੀ ਪਤੰਗੇ ਨੂੰ ਸ਼ਮਾ ਨੇ ਇਹ ਨਹੀਂ ਕਿਹਾ ਕਿ ਪਤੰਗਾ ਮੈਨੂੰ ਪਿਆਰ ਕਰਦਾ, ਇਹਨੂੰ ਮਾਰਨਾ ਨਹੀਂ ਹੈ, ਜਦ ਵੀ ਨੇੜੇ ਗਿਆ ਜਾ ਕੇ ਜਾਣ ਲੈ ਲਈ। ਕਦੇ ਵੀ ਕਮਲ ਦੇ ਫੁੱਲ ਨੇ ਉਸ ਭਵਰੇ ਨਾਲ ਲਿਹਾਜ਼ ਨਹੀਂ ਕੀਤੀ, ਜਦ ਵੀ ਨਜ਼ਦੀਕ ਗਿਆ ਘੁੱਟ ਕੇ ਜਾਣ ਲੈ ਲਈ। ਪਰ ਗੁਰੂ ਕੀ ਆਖਦਾ ਹੈ? ਗੁਰੂ ਕਹਿੰਦਾ ਹੈ ਚਰਨ ਸਰਨ ਗੁਰ ਏਕ ਪੈਂਡਾ ਜਾਏ ਚਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ। ਤੂੰ ਕਦਮ ਤੇ ਪੁੱਟ, ਤੂੰ ਕਦਮ ਤੇ ਪੁੱਟ ਉਸ ਮਾਲਕ ਵੱਲ, ਉਸ ਮਾਲਕ ਵੱਲ ਕਦਮ ਤੇ ਪੁੱਟ, ਤੇ ਸਤਿਗੁਰੂ ਕੋਟਾਨ ਕੋਟ ਕਦਮ ਚੱਲ ਕੇ ਤੈਨੂੰ ਗਲ ਵਕੜ ਵਿੱਚ ਲੈ ਲਏਗਾ, ਤੈਨੂੰ ਸਮਝ ਆ ਜਾਏਗੀ, ਸਤਿਪੁਰਸ਼ ਤੈਨੂੰ ਸਮਝਾ ਦੇਣਗੇ ਕਿ ਤੇਰਾ ਮਾਲਕ ਕਿਤੇ ਨਾ ਕਿਤੇ ਤੋਂ ਦੂਰ ਹੈ। ਮਹਾਂਪੁਰਸ਼ ਦੱਸ ਸਕਦੇ ਨੇ, ਤੇਰੀ ਅਵਸਥਾ ਦੇਖ ਕੇ ਦੱਸ ਸਕਦੇ ਨੇ। ਫਿਰ ਜਿਹਨਾਂ ਮਹਾਂਪੁਰਸ਼ਾਂ ਨਾਲ ਆਪ, ਜਿਹਨਾਂ ਦੀ ਆਪ ਸੰਗਤ ਕਰਦੇ ਹੋ, ਜਿਹਨਾਂ 'ਤੇ ਗੁਰੂ ਨਾਨਕ ਦੀ ਅਟੁੱਟ ਰਹਿਮ ਹੈ, ਅਟੁੱਟ ਬਖਸ਼ਿਸ਼ ਹੈ। ਮੈਨੂੰ ਯਾਦ ਹੈ ਉਹ ਸਮਾਂ, ਹਜ਼ੂਰ ਸਾਹਿਬ ਤਖ਼ਤ ਬਾਬਾ ਮੋਹਨੀ ਜੀ ਮਹਾਰਾਜ, ਬਾਬਾ ਜੋਗਿੰਦਰ ਸਿੰਘ ਜੀ ਮੋਹਨੀ ਸਾਹਿਬ ਜੀ ਦਰਸ਼ਨ ਕਰਨ ਲਈ ਦੱਸ ਗਿਆ, ਅਤੇ ਮੈਂ ਸਵਾਲ ਕਰਦਾ, ਮੈਂ ਕਿਹਾ ਬਾਬਾ ਜੀ ਅੱਜ ਪੰਜਾਬ ਦੀ ਧਰਤੀ 'ਤੇ ਮਹਾਂਪੁਰਸ਼? ਹਾਂ ਮਹਾਰਾਜ ਜੀ, ਫਤਿਹਗੜ੍ਹ ਸਾਹਿਬ ਕੇ ਪਾਸ ਹੈ ਬਾਬਾ ਬਲਵੰਤ ਸਿੰਘ ਜੀ। ਮੈਂ ਕਿਹਾ ਮਹਾਰਾਜ ਮੈਨੂੰ ਵੀ ਦਰਸ਼ਨ ਕਰਾਓ। ਅਬ ਕਰਾਏਂਗੇ, ਸਮਾਂ ਨਹੀਂ ਹੈ, ਸਮਾਂ ਨਹੀਂ ਹੈ। ਔਰ ਸਮਾਂ ਕੈਸਾ ਬਣਾਇਆ ਬਾਬਾ ਜੀ ਨੇ, ਇਸ ਧਰਤੀ ਤੋਂ ਕੂਚ ਕਰ ਗਏ ਬਾਬਾ ਜੀ, ਫਿਰ ਕੈਸਾ ਸਮਾਂ ਬਣਿਆ ਬਾਬਾ ਜੀ, ਕਿਤੇ ਕੀਰਤਨ ਕਰ ਰਹੇ ਸਨ, ਦਾਸਿਆਂ ਨੂੰ ਖਿੱਚਿਆ ਜਾ ਕੇ ਬਾਬਾ ਜੀ ਦੇ ਚਰਨਾਂ 'ਚ ਖੜਾ ਕਰ ਦਿੱਤਾ। ਉਹ ਪਿਆਰ, ਉਹ ਸਤਿਕਾਰ, ਇਹ ਤਾਂ ਨਾਤੇ ਪਾਈ ਪੂਰਵਲੇ ਜਨਮਾਂ ਦੇ ਨੇ, ਇਸ ਜਨਮ ਦੇ ਨਹੀਂ।
ਸਤਪੁਰਸ਼ਾਂ ਦਾ ਪਿਆਰ ਜੋ ਹੈ ਨਾ, ਇਸ ਜਨਮਾਂ ਦਾ ਨਹੀਂ ਹੋਇਆ ਕਰਦਾ, ਇਹ ਪੂਰਵਲੇ ਜਨਮਾਂ ਦੇ ਕਾਰਨ ਪਿਆਰ ਮਿਲਦੇ ਨੇ ਭਾਈ। ਔਰ ਮਿਲਦੇ ਕਿਹਦੇ ਸਦਕੇ ਨੇ? ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਪਾਈ, ਇਹ ਤਾਂ ਉਹਦੀ ਵਡਿਆਈ ਹੈ। ਇਹ ਸਾਡੇ ਵਰਗੇ ਕੀੜੇ ਸੰਸਾਰ ਵਿੱਚ ਐਵੇਂ ਤੁਰੇ ਫਿਰਦੇ ਨੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਕੋਈ ਸਤਿਗੁਰ ਸੰਗ ਕੀੜੇ ਅਮਥਾਪੇ, ਇਹ ਤਾਂ ਗੁਰੂ ਨਾਨਕ ਦੇ ਸਦਕੇ ਪਿਆਰ ਹੈ, ਸਤਿਕਾਰ ਹੈ ਬਾਈ। ਕਾਲੇ ਮੈਡੇ ਕੱਪੜੇ ਕਾਲੇ ਮੈਡਾ ਵੇਸ, ਗੁਣ ਹੀ ਫਰਿਆ ਫਿਰਿਆ ਮੈਂ ਫਿਰਾਂ ਲੋਕ ਕਹਿਣ ਦਰਵੇਸ, ਅਤੇ ਲੋਕਾਂ ਦੇ ਕਹਿਣ ਦੀਆਂ ਗੱਲਾਂ ਨੇ ਭਾਈ। ਆਪਣਾ ਅੰਦਰ ਜਾਣਦਾ ਸੀ ਕੀ ਹਾਂ, ਇਹ ਤਾਂ ਬਾ ਮਹਾਂਪੁਰਸ਼ਾਂ ਦੇ ਸਦਕੇ, ਇਹਨਾਂ ਮਹਾਂਪੁਰਸ਼ ਸੰਗ ਦੇ ਸਦਕੇ, ਸੰਤ ਬਾਬਾ ਸਾਧੂ ਸਿੰਘ ਜੀ ਜੋ ਦਾੜਾ ਸਾਹਿਬ ਸੰਪਰਦਾਇ ਨਾਲ ਜਿਨ੍ਹਾਂ ਦਾ ਵੀ ਅਟੁੱਟ ਨਾਤਾ ਹੈ, ਇਹਨਾਂ ਮਹਾਂਪੁਰਸ਼ਾਂ ਨੇ ਬੜੀ ਵਾਰ ਮੈਨੂੰ ਬਚਨ ਕਰਨੇ ਕਿ ਬਾਬਾ ਜੀ ਕਦੇ ਚੱਲੀਏ, ਕਦੀ ਮਹਾਂਪੁਰਸ਼ਾਂ ਦੇ ਦਰਸ਼ਨ ਕਰੀਏ। ਪਰ ਮੈਂ ਵੀ ਆਖ ਦੇਣਾ ਮਹਾਰਾਜ ਜੀ ਅਜੇ ਸਮਾਂ ਨਹੀਂ ਹੈ, ਗੁਰੂ ਕਿਰਪਾ ਕਰੇਗਾ ਜ਼ਰੂਰ ਦਰਸ਼ਨ ਕਰਾਂਗੇ। ਪਰ ਕੈਸਾ ਸਮਾਂ ਬਣਾਇਆ, ਕੈਸਾ ਬਖਸ਼ਿਸ਼ ਭਰਿਆ ਸਮਾਂ ਬਣਾਇਆ ਕਿ ਮਹਾਂਪੁਰਸ਼ਾਂ ਨਾਲ ਐਸਾ ਪਿਆਰ ਜੋੜਿਆ ਕਿ ਕਈ ਵਾਰੀ ਘਰ ਬੈਠੀਏ ਤਾਰ ਖੜਕ ਜਾਂਦੀ ਹੈ, ਅੰਦਰੋਂ ਖਿੱਚ ਪੈਂਦੀ ਹੈ ਕਿ ਬਾਬਾ ਜੀ ਯਾਦ ਕਰਦੇ ਨੇ। ਸੋ ਭਾਈ ਆਪ ਭਾਗਾਂ ਵਾਲੇ ਹੋ, ਕੱਚੇ ਸਾਧੂ ਦੇ ਲੜ ਨਹੀਂ, ਇੱਕ ਪੱਕੇ ਸਾਧੂ ਦੇ ਲੜ ਲੱਗੇ ਹੋ। ਫਿਰ ਕੈਸਾ ਸਾਧੂ? ਫਿਰ ਉਹ ਸਾਧੂ ਜਿਹਨੂੰ ਗੁਰੂ ਆਖਦਾ ਹੈ, ਚੌਵੀ ਜਿਹਨੂੰ ਬਾਬਾ ਆਖਦਾ ਹੈ, ਜਿਹਨਾਂ ਨੇ ਵਿਸਰੇ ਨਾਮ ਸੇ ਕਨਹੀਆ, ਵੇਦ ਨਾ ਜਾਣੇ ਮੂਲ, ਸਾਈਂ ਜਿਆ ਸੰਤ ਤੁਹਾਨੂੰ ਮਿਲਿਆ ਭਾਈ, ਸਾਈਂ ਜਿਆ 24 ਘੰਟੇ ਪਰਮੇਸ਼ਰ ਦੀ ਬੰਦਗੀ ਨਾਲ ਜੁੜੇ ਹੋਏ ਹਨ। ਫਿਰ ਕੈਸੇ ਸਾਧੂਆਂ ਦੇ, ਮੈਨੂੰ ਯਾਦ ਹੈ 62 ਦੇ ਕੁੰਭ 'ਤੇ ਦਾਸ ਦੇ ਪਿਤਾ ਜੀ ਬਾਬਾ ਮਨਸੂਦਨ ਸਿੰਘ ਮਹਾਰਾਜ ਚਲੇ ਗਏ ਬਾੜ ਦੇ ਕੁੰਭ, ਬੜੇ ਸਾਧੂ ਜਾਂਦੇ ਨੇ ਕੁੰਭ 'ਤੇ। ਬਾਬਾ ਜੀ ਦੇ ਮਨ ਵਿੱਚ ਇੱਕ ਸੰਕਲਪ ਪੈਦਾ ਹੋ ਗਿਆ ਕਿ ਧੂਣੇ 'ਤੇ ਬੈਠੇ ਤੋਂ ਧੂਣੇ ਰਮਾਉਂਦੇ ਨੇ ਨਗਨ ਸਾਧੂ, ਨਾਂਗੇ ਸਾਧੂ, ਉਦਾਸੀ ਪੇ, ਕਈ ਭੇਖਾਂ ਦੇ ਸਾਧੂ, ਕਿ ਸਾਰੇ ਜਮਗੱਟ ਵਿੱਚ ਮੈਂ ਇੱਕ ਸਾਧੂ ਲੱਭਣਾ ਹੈ, ਸੱਚਾ ਸਾਧੂ। ਬਾਬਾ ਜੀ ਨੇ ਅਲਫੀ ਧਾਰਨ ਕੀਤੀ, ਉਦਾਸੀ ਬਾਣਾ ਪੈ ਰਿਹਾ, ਭੇਸ ਬਦਲ ਕੇ ਧੂਣਿਆਂ 'ਤੇ ਜਾਣਾ, ਸਾਰਾ ਦਿਨ ਧੂਣਿਆਂ 'ਤੇ ਬੈਠੇ ਰਹਿਣਾ। ਕੀ ਤੱਕਿਆ? ਕੋਈ ਸਾਧੂ, ਕੋਈ ਐਸਾ ਕੋਈ ਮਨ ਨਹੀਂ ਆਇਆ, ਕੋਈ ਕੁਛ ਲਾਲਸਾ ਲੈ ਕੇ ਬੈਠਾ, ਕਿਸ ਰੰਗ 'ਚ ਬੈਠਾ, ਕਿਸ ਰੰਗ 'ਚ। ਬਾਬਾ ਜੀ ਨਿਰਾਸ਼ ਹੋ ਕੇ ਮੁੜਨ ਲੱਗੇ ਅਤੇ ਕੀ ਤੱਕਦੇ ਨੇ, ਇੱਕ ਖੂੰਜੇ ਵਿੱਚ ਕੋਨੇ ਵਿੱਚ ਇੱਕ ਧੂਣਾ ਰਮਿਆ ਹੋਇਆ ਨੰਗਾ ਸਾਧੂ ਬੈਠਾ, ਨੰਗਾ ਸਭ ਤੋਂ ਚੰਗਾ ਬੈਠਾ, ਮੁੱਖ ਰਸਨਾ ਤੋਂ ਉਚਾਰਨ ਕਰ ਰਿਹਾ। ਅਸੀਂ ਤਾਂ ਮੰਤਰ ਪੜ੍ਹਦੇ ਹਾਂ, ਕਿਹੜਾ ਮੰਤਰ ਪੜ੍ਹ ਰਿਹਾ ਸੀ? ਦੁੱਖ ਦੇ ਦੇ ਭੁੱਖ ਦੇ ਦੇ, ਦੁੱਖ ਦੇ ਦੇ ਭੁੱਖ ਦੇ ਦੇ। ਸਾਧੂ ਜਪ ਰਿਹਾ ਮੰਗ, ਉਹ ਵਸਤੂ ਨਹੀਂ ਹੈ ਰਿਹਾ ਜਿਸ ਵਸਤੂ ਤੋਂ ਸੰਸਾਰ ਦੌੜਦਾ, ਦੁੱਖ ਔਰ ਭੁੱਖ ਤੋਂ, ਦੁੱਖ ਔਰ ਭੁੱਖ ਤੋਂ ਮੰਗ ਰਿਹਾ। ਬਾਬਾ ਜੀ ਬਹਿ ਗਏ ਉਸ ਧੂਣੇ 'ਤੇ, ਧੂਣੇ 'ਤੇ ਬਹਿ ਗਏ, ਬੈਠ ਕੇ ਜਦ ਤੱਕ ਸਾਧੂ ਦੀ ਸਮਾਧੀ ਨਹੀਂ ਖੁੱਲੀ। ਸ਼ਾਮ ਦਾ ਵੇਲਾ ਹੋਇਆ, 2-3 ਘੰਟੇ ਉੱਥੇ ਧੂਣੇ 'ਤੇ ਬੈਠੇ ਨੇ ਬਾਬਾ ਜੀ, ਅੱਖ ਖੁੱਲੀ। ਹਾਂ ਬਾਬਾ, ਬਾਬਾ ਜੀ ਇੱਕ ਸਵਾਲ ਹੈ, ਦੁਨੀਆ ਇਹਨਾਂ ਵਸਤੂਆਂ ਤੋਂ ਦੂਰ ਜਾਂਦੀ ਹੈ ਤੇ ਤੁਸੀਂ ਮੰਗਦੇ ਹੀ ਹੋ ਵਸਤੂ, ਹੋ ਦੁੱਖ ਔਰ ਭੁੱਖ। ਬਾਬਾ ਜੀ ਦੁੱਖ ਹੋਗਾ ਸੀਤਾ ਰਾਮ ਯਾਦ ਆਏਗਾ, ਭੁੱਖ ਹੋਗੀ ਸੀਤਾ ਰਾਮ ਯਾਦ ਆਏਗਾ। ਇਹ ਰਾਜਿਤ ਸਾਧੂ ਦੀ ਖੇਡ ਹੈ, ਦੁੱਖ ਔਰ ਭੁੱਖ। ਐਵੇਂ ਨੀ ਬਾਬੇ ਨੇ ਆਖਿਆ, ਦੁੱਖ ਦਾਰੂ ਸੁੱਖ ਰੋਗ ਬਹਿਆ, ਐਵੇਂ ਨੀ ਬਾਬੇ ਨਾਨਕ ਨੇ ਆਖਿਆ। ਦੁੱਖ ਹੈ ਤੇ ਪਰਮੇਸ਼ਰ ਯਾਦ ਹੈ, ਸੁੱਖ ਹੈ ਤੇ ਕਿਹੜੇ ਪ੍ਰਾਣੀ ਮਿਲਦੇ ਨੇ ਬਾਬੇ ਦੇ ਦਰ ਤੋਂ ਲੈ ਕੇ ਦਾਤਾ ਜਾਂਦੇ ਨੇ। ਕੀ ਗੱਲ ਹੈ ਸਿੰਘਾ, ਦਰਸ਼ਨ ਨਹੀਂ ਹੋਏ? ਬਾਬਾ ਜੀ ਕਾਰੋਬਾਰ ਤੋਂ ਟਾਈਮ ਹੀ ਨਹੀਂ ਲੱਗਦਾ, ਸਮਾਂ ਹੀ ਨਹੀਂ ਲੱਗਦਾ, ਕਾਰੋਬਾਰ 'ਚ ਹੀ ਫਸੇ ਰਹੀਦਾ, ਕਿਤੇ ਟਾਈਮ ਨਹੀਂ ਲੱਗਦਾ। ਪਰ ਐਸਾ ਕਾਰੋਬਾਰ ਨੂੰ ਲਾਨਤ ਜੇ ਪਰਮੇਸ਼ਰ ਭੁਲਾ ਦੇਵੇ, ਸਨ ਐਸੇ ਕਾਰੋਬਾਰ ਨੂੰ ਵੀ ਲਾਨਤ ਜਦੋਂ ਪਰਮੇਸ਼ਰ ਭੁਲਾ ਦੇਵੇ। ਤੇ ਗੁਰਮੁਖ ਪਿਆਰਿਓ, ਦਾਸ ਤੇ ਕੇਵਲ ਇਹੀ ਆਸ ਲੈ ਕੇ ਤੁਹਾਡੇ ਕੋਲ ਆਇਆ, ਇਸ ਦਰਬਾਰ 'ਤੇ ਆਇਆ, ਕੋਈ ਮਾਣ ਇੱਜ਼ਤ ਲਈ ਨਹੀਂ ਆਇਆ।
ਮੈਂ ਤੇਰਾ ਮਹਾਂਪੁਰਸ਼ਾਂ ਦੇ ਚਰਨਾਂ ਦੀ ਧੂੜ ਲੋਚਣ ਲਈ ਆਇਆ ਭਾਈ, ਉੱਠ ਫਰੀ ਦਾ ਸੱਤਿਆ, ਦੁਨੀਆ ਭਾਲਣ ਜਾ, ਜੇ ਕੋ ਮਿਲ ਗਿਆ ਰੱਬ ਦਾ ਬਖਸ਼ਿਆ ਜਾਂ ਤੂੰ ਵੀ ਬਖਸ਼ਿਆ ਜਾ, ਇਹਨਾਂ ਮਹਾਂਪੁਰਸ਼ਾਂ ਦੇ ਸਦਕੇ ਸਾਡੇ ਵਰਗੇ ਹੀ ਬਖਸ਼ੇ ਜਾਣਗੇ ਭਾਈ। ਇਹ ਪਾਕ ਪਵਿੱਤਰ ਸਥਾਨ, ਇਹ ਸੁੰਦਰ ਸਥਾਨ ਜੋ ਕਾਇਮ ਹੋ ਰਿਹਾ, ਗੁਰੂ ਪਾਤਸ਼ਾਹ ਕਿਰਪਾ ਕਰੇ, ਗੁਰੂ ਨਾਨਕ ਸਾਹਿਬ ਰਹਿਮ ਕਰਨ ਕਿ ਐਸਾ ਅਸਥਾਨ ਬਣਾਉਣ, ਐਸਾ ਅਸਥਾਨ ਬਣ ਜਾਵੇ ਜੇ ਦੁਨੀਆ ਦੇ ਟੁੱਟੇ ਹੋਇਆਂ ਨੂੰ ਦਰਸ਼ਨ ਕਰਕੇ ਜੁੜਨਾ ਪੈ ਜਾਵੇ। ਐਸਾ ਸਥਾਨ ਗੁਰੂ ਨਾਨਕ ਬਣਾ ਦੇਵੇ, ਟੁੱਟੇ ਹੋਇਆਂ ਨੂੰ ਜੋੜਨ ਵਾਲੀ ਇਹ ਟਕਸਾਲ ਬਣ ਜਾਵੇ ਭਾਈ, ਟਕਸਾਲ। ਇੱਥੇ ਸਿੱਕੇ ਘੜੇ ਜਾਣ, ਸੱਚ ਦੇ ਸਿੱਕੇ। ਇਹ ਪਾਵਨ ਪਵਿੱਤਰ ਸਥਾਨ ਹੈ, ਔਰ ਮਹਾਂਪੁਰਸ਼ਾਂ 'ਤੇ ਜੋ ਗੁਰੂ ਨਾਨਕ ਦੀ ਬਖਸ਼ਿਸ਼ ਹੈ, ਜੋ ਪਰਉਪਕਾਰ ਇਸ ਧਰਤੀ 'ਤੇ ਕੁਮਾਰੇ ਨੇ ਪਾਈ, ਇਹ ਇਹਨਾਂ ਦੀ ਬਦੌਲਤ ਹੈ। ਲੱਖਾਂ ਕਰੋੜਾਂ ਪ੍ਰਾਣੀਆਂ ਨੂੰ ਗੁਰੂ ਨਾਨਕ ਦੇ ਚਰਨਾਂ ਨਾਲ ਜੋੜ ਰਹੇ ਨੇ, ਆਪਣੇ ਨਾਲ ਨਹੀਂ ਜੋੜ ਰਹੇ, ਤਾਂ ਭੁਲੇਖੇ ਨੇ ਜਿਹੜੇ ਅੱਖਾਂ ਦੇ ਅੰਨੇ ਨੇ, ਜਿਹਨੂੰ ਨਹੀਂ ਨਜ਼ਰ ਆਉਂਦਾ, ਉਹ ਸਾਧ ਨੂੰ ਦੇਖ ਹੀ ਨਹੀਂ ਸਕਦੇ, ਉਹ ਸਾਧ ਨੂੰ ਪਛਾਣ ਹੀ ਨਹੀਂ ਸਕਦੇ। ਜੇ ਜ਼ਿੰਦਗੀ 'ਚ ਜਪਜੀ ਸਾਹਿਬ ਦਾ ਪਾਠ ਨਾ ਕੀਤਾ, ਉਹ ਕੀ ਪਤਾ ਬਾਬਾ ਕੀ ਹੈ। ਸਾਧੂ ਬਣਨਾ ਬੜਾ ਔਖਾ ਹੈ, ਕਹਿਣ ਘੁਆਣਾ ਸੌਖਾ ਹੈ, ਬਾਣਾ ਧਾਰ ਕੇ ਫਿਰਨਾ ਬੜਾ ਸੌਖਾ ਹੈ, ਪਰ ਜੋ ਅਸਲੀ ਸਾਧੂ ਹੈ ਉਹ ਇੱਕ ਚੁੰਬਕ ਹੈ। ਸਾਧੂ ਦਰਸ਼ਨ ਦੇ ਨਾਲ ਹੀ ਜੇ ਬੰਦਾ ਲੁੱਟ ਪੁੱਟ ਨਾ ਹੋ ਜਾਵੇ ਤਾਂ ਉਹ ਸਾਧੂ ਹੀ ਨਹੀਂ ਭਾਈ। ਮਹਾਂਪੁਰਸ਼ਾਂ ਦਰਸ਼ਨ ਕਰਨ ਗਏ, ਦਾਸ ਗਏ ਨਾ ਪੂਨਾ, ਪੂਨੇ ਗਏ ਸੀ ਮਹਾਂਪੁਰਸ਼, ਦੁਨੀਆ ਪਾਗਲ ਹੋਈ ਫਿਰਦੀ ਹੈ। ਮੈਂ ਐਤਕੀ ਕਿਹਾ ਬਾਬਾ ਜੀ ਕਦ ਆਏਗੇ, ਸਾਰੇ ਸਿੰਧੀ ਲੋਕ ਨੇ ਵਿਚਾਰੇ ਭੋਲੇ ਸੰਗਤ, ਪਿਆਰ ਵਾਲੀ ਸੰਗਤ, ਹੁਣ ਅੱਖਾਂ ਲਾ ਲਾ ਬੈਠੇ ਨੇ। ਉਹ ਮੈਂ ਕਿਹਾ ਭੋਲਿਓ, ਪੰਜਾਬ ਦੀ ਧਰਤੀ 'ਤੇ ਦੁਨੀਆ ਸੜਕਾਂ 'ਤੇ ਅੱਖਾਂ ਵਿਛਾ ਕੇ ਬੈਠੀ ਹੈ ਕਿ ਕਦ ਬਾਬਾ ਸਾਨੂੰ ਦਰਸ਼ਨ ਦੇਵੇਗਾ, ਤੁਹਾਡਾ ਵੀ ਨੰਬਰ ਆਏਗਾ, ਤੁਹਾਡੀ ਪਿਆਰ ਦੀ ਖਿੱਚ ਹੈ, ਖਿੱਚ ਪਾਇਓ, ਬਾਬਾ ਫਿਰ ਕਿਰਪਾ ਕਰੇ। ਸੋ ਭਾਈ ਦਾਸ, ਆਪ ਦਾ ਜ਼ਿਆਦਾ ਨਾ ਸਮਾਂ ਨਾ ਲਏ, ਬਾਬਾ ਜੀ ਆਨੰਦਮਈ ਕੀਰਤਨ ਕਰ ਰਹੇ ਨੇ, ਆਪ ਨੂੰ ਉਸ ਮਾਲਕ ਨਾਲ ਜੋੜ ਰਹੇ ਨੇ। ਮੈਂ ਤਾਂ ਭਾਈ ਜੱਕੜ ਮਾਰਨ ਵਾਲਾ ਬੰਦਾ, ਇਹ ਤਾਂ ਮਹਾਂਪੁਰਸ਼ਾਂ ਦੇ ਸਦਕੇ ਕੋਈ ਚਾਰ ਅੱਖਰ ਆਪ ਨੂੰ ਕਹਿ ਦੇਈਦੇ ਨੇ, ਇਹ ਤਾਂ ਪਿਆਰ ਹੈ ਮਹਾਂਪੁਰਸ਼ਾਂ ਦਾ, ਜੋ ਸਤਿਕਾਰ ਪਿਆਰ ਦਾਸਰੇ ਨੂੰ ਇਸ ਕੀੜੇ ਨੂੰ ਬਖਸ਼ਦੇ ਨੇ ਭਾਈ। ਗੁਰੂ ਨਾਨਕ ਰਹਿਮਤ ਕਰੇ, ਬਖਸ਼ਿਸ਼ ਕਰੇ, ਸਾਡੇ ਜੀਵਨ ਵਿੱਚ ਵੀ ਬਾਬਾ ਜੀ ਬਖਸ਼ਿਸ਼ ਕਰਕੇ ਕੋਈ ਐਸਾ ਬਾਣ ਮਾਰੋ ਕਿ ਸਾਡੇ ਵੀ ਜੀਵਨ ਬਦਲ ਜਾਣ। ਇਹ ਤਰੀਕ ਸੇਵਾ ਪ੍ਰਵਾਨ ਕਰਨੀ, ਵਿਚਾਰ ਕਰਦੇ ਹਾਂ ਬਾਬੇ ਦੀ ਬਾਣੀ ਉਚਾਰਦੇ ਹਾਂ, ਬੇਅੰਤ ਪੁੱਲਾਂ ਹੋ ਜਾਂਦੀਆਂ ਨੇ ਭਾਈ। ਬਾਬੇ ਦੀ ਬਾਣੀ ਅਬੋਧ ਸਾਗਰ ਹੈ, ਬਾਬੇ ਦਾ ਕੀ ਆਸ਼ਾ ਹੈ ਬਾਣੀ ਦਾ ਬਾਬਾ ਜਾਣਦਾ ਹੈ, ਪਰ ਜੋ ਇਸ ਮੂਰਖ ਬੁੱਧੀ ਨੂੰ ਸਮਝ ਆਈ ਹੈ, ਆਪ ਤਾਂ ਸਾਂਝੀ ਕੀਤੀ ਹੈ ਭਾਈ। ਸੱਚ ਦੀ ਗੱਲ ਤਾਂ ਇੱਕੋ ਹੀ ਹੈ ਜੋ ਧੰਨ ਧੰਨ ਸਿੰਘ ਗ੍ਰੰਥ ਸਾਹਿਬ ਮਹਾਰਾਜ ਸਾਨੂੰ ਆਖਦੇ ਨੇ, ਅੰਤ ਵਿੱਚ ਇੱਕ ਓਮਕਾਰ ਤੋਂ ਲੈ ਕੇ 18-10-20 ਤੱਕ ਬਾਬਾ ਕੀ ਆਖਦਾ, ਨਾਨਕ ਨਾਮ ਮਿਲੇ ਤਾਂ ਜੀਵਾਂ, ਤਨ ਮਨ ਥੀਵੇ ਹਰਿਆ। ਅਸੀਂ ਜਿਉਂਦੇ ਤਾਂ ਹਾਂ ਜੇ ਗੁਰੂ ਨਾਨਕ ਦਾ ਨਾਮ ਸਾਡੇ ਅੰਦਰ ਵੱਸਦਾ ਹੈ, ਨਹੀਂ ਤਾਂ ਅਸੀਂ ਮੁਰਦੇ ਹਾਂ, ਮੁਰਦੇ। ਅਤੇ ਮੰਗਣ ਵਾਲੀ ਦਾਤ ਵੀ ਭਾਈ ਉਹੀ ਹੈ ਇਸ ਦਰ ਤੋਂ। ਜੁਨੈਨ ਇੱਕ ਮੁਸਲਮਾਨ ਫਕੀਰ ਮਸਜਿਦ ਦੇ ਬਾਹਰ ਖਲੋਤਾ, ਦੁਨੀਆ ਆ ਰਹੀ ਹੈ, ਦੁਨੀਆ ਜਾ ਰਹੀ ਹੈ, ਹੱਸਦਾ, ਹੱਸੀ ਜਾ ਰਿਹਾ, ਉਹ ਤੇਰੇ ਵਰਗਾ ਜਾ ਰਿਹਾ ਸੀ, ਕੀ ਗੱਲ ਹੈ ਭਾਈ ਜੁਨੈਨ, ਅੱਜ ਪਾਗਲ ਹੋ ਗਏ, ਹੱਸੀ ਜਾ ਰਿਹਾ। ਕਹਿੰਦਾ ਨਹੀਂ ਮੈਂ ਪਾਗਲ ਨਹੀਂ ਹੋਇਆ, ਅੱਜ ਭਿਖਾਰੀਆਂ ਨੂੰ ਦਾਤੇ ਬਣਦਾ ਵੇਖ ਰਿਹਾ, ਮੰਗਦੇ ਇਸ ਦਰ ਤੋਂ ਨੇ, ਚੜਾਉਂਦੇ ਮਾਇਆ ਇਸ ਦਰ 'ਤੇ ਨੇ, ਦਿੰਦੇ ਉਸਨੂੰ ਉਹ ਵਸਤੂ ਨੇ ਜਿਹੜੀ ਉਹਦੀ ਦਿੱਤੀ ਹੋਈ ਹੈ, ਔਰ ਆਸ ਕਰਦੇ ਨੇ ਬਾਬਾ ਕੋਲ ਨਾ ਰੱਖੀ 10 ਗੁਣਾ ਕਰਕੇ ਮੈਨੂੰ ਵਾਪਸ ਦੇ ਦਿਓ। ਹੇ ਸਤਿਗੁਰੂ, ਤੇਰੇ ਦਰ 'ਤੇ ਮੈਂ ਜੁਨੈਨ ਵੀ ਕੋਈ ਚੜਾਉਣ ਲਈ ਆਇਆ, ਕੋਈ ਦੇਣ ਲਈ ਆਇਆ, ਪਰ ਦੇਣ ਲਈ ਮੈਂ ਉਹ ਵਸਤੂ ਆਇਆ ਜਿਹੜੀ ਤੇਰੀ ਦਿੱਤੀ ਨਾ ਹੋਵੇ। ਸੋਚਦਾ ਮਨ ਦੇ ਦਿਆਂ ਉਹ ਵੀ ਤੇਰਾ ਦਿੱਤਾ, ਤਨ ਦੇ ਦਿਆਂ ਉਹ ਵੀ ਤੇਰਾ ਦਿੱਤਾ, ਧਨ ਦੇ ਦਿਆਂ ਉਹ ਵੀ ਤੇਰਾ ਦਿੱਤਾ। ਦਾਤਾ, ਜਦ ਸੰਸਾਰ ਵਿੱਚ ਆਇਆ ਸਨ ਤੂੰ ਝੂਠ ਨਹੀਂ ਸੀ ਦਿੱਤਾ, ਤੂੰ ਵਕਾਰ ਨਹੀਂ ਸੀ ਦਿੱਤਾ, ਤੂੰ ਠੱਗੀ ਨਹੀਂ ਸੀ ਦਿੱਤੀ, ਤੂੰ ਲੋਭ ਨਹੀਂ ਸੀ ਦਿੱਤਾ। ਦਾਤਾ, ਮੈਂ ਤੇਰੇ ਦਰ 'ਤੇ ਇਹ ਚੜਾਉਣ ਲਈ ਆਇਆ, ਇਹ ਨਹੀਂ ਆਸ ਕਰਦਾ ਕਿ ਮੁੜ ਕੇ ਮੈਨੂੰ ਵਾਪਸ ਕਰ ਦੇਈ, ਇਹ ਲੈ ਲੈ ਮੇਰੀ ਮਤ ਲੈ ਲੈ ਤਾਂ ਮੈਨੂੰ ਆਪਣੀ ਮਤ ਦੇ ਦੇ। ਇਹ ਦਾਤ ਇਸ ਦਰ ਤੋਂ ਮੰਗੋ ਕਿ ਸਤਿਗੁਰੂ ਸਾਡੀ ਮਤ ਲੈ ਲੈ,
ਸਾਨੂੰ ਆਪਣੀ ਮਤ ਦੇ ਦੇ, ਸਾਨੂੰ ਸੋਝੀ ਆ ਜਾਵੇ, ਸਾਨੂੰ ਸਮਝ ਆ ਜਾਵੇ ਕਿ ਅਸੀਂ ਸੰਸਾਰ ਵਿੱਚ ਕਰਨ ਕੀ ਆਏ ਹਾਂ, ਕੀ ਕਰਨ ਲਈ ਆਏ ਹਾਂ। ਰੋਜ਼ ਬਾਣੀ ਪੜ੍ਹਦੇ ਹਾਂ, ਰੋਜ਼ ਬਾਬੇ ਦੀ ਬਾਣੀ ਆਪ ਨੂੰ ਬਾਰ ਬਾਰ ਦਸਤਾਉਂਦੀ ਹੈ, ਆਪ ਨੂੰ ਬਾਰ ਬਾਰ ਸਮਝਾਉਂਦੀ ਹੈ। ਕੀ ਆਖਦੀ ਹੈ ਬਾਬਾ? ਬਾਬਾ ਆਖਦਾ ਹੈ ਰੋਜ਼ ਬੰਦਗੀ ਕਰ, ਖੋਜ ਆਪਣੇ ਆਪ ਨੂੰ, ਸਰੀਰ ਨੂੰ ਟਟੋਲ, ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ। ਆਪਣੇ ਆਪ ਨੂੰ ਖੋਜ, ਆਪਣੇ ਆਪ ਨੂੰ ਟਟੋਲ। ਪਰਮੇਸ਼ੁਰ ਕਿਤੇ ਨਹੀਂ ਗਿਆ, ਤੇਰੇ ਕੋਲ ਹੈ, ਪਰ ਤੈਨੂੰ ਸਤਪੁਰਸ਼ ਦੀ ਲੋੜ ਹੈ। ਸਤਪੁਰਸ਼ ਤੈਨੂੰ ਦੱਸ ਸਕਦਾ ਹੈ ਕਿ ਤੇਰੇ ਮਾਰਗ 'ਤੇ ਕਿਹੜੇ ਰਸਤੇ 'ਤੇ ਚੱਲੇਗਾ, ਅਤੇ ਦਿੱਲੀ ਪਹੁੰਚੇਗਾ, ਕਿਹੜੇ ਰਸਤੇ 'ਤੇ ਪਹੁੰਚੇਗਾ, ਅਤੇ ਖੁਦ ਜਾ ਕੇ ਡਿੱਗੇਗਾ। ਸੋ ਸਤਪੁਰਸ਼ਾਂ ਦੇ ਸੰਗਤ ਦੇ ਸਦਕੇ ਆਪ 'ਤੇ ਬੜੀ ਕਿਰਪਾ ਹੈ। ਤਿੰਨ ਕੋ ਕਿਆ ਉਪਦੇਸ਼ੀ ਹੈ ਜਿਹਨੂੰ ਗੁਰੂ ਨਾਨਕ ਦੇਵ, ਆਪ 'ਤੇ ਗੁਰੂ ਨਾਨਕ ਦੀ ਬਖਸ਼ਿਸ਼ ਹੈ, ਰਹਿਮਤ ਹੈ, ਜੋ ਦਰ 'ਤੇ ਆਇਆ ਹੈ, ਗੁਰੂ ਨਾਨਕ ਦੇ ਦਰ 'ਤੇ ਆਏ ਹੋ ਭਾਈ। ਬਾਬਾ ਬਲਵੰਤ ਸਿੰਘ ਮਹਾਰਾਜ ਦੀ ਕਿਰਪਾ ਸਦਕੇ ਇਹਨਾਂ ਦੇ ਮੁੱਖ ਰਸਨਾ ਤੋਂ ਬਾਣੀ ਸਰਵਣ ਕਰਦੇ ਹੋ ਭਾਈ। ਇਹ ਅੰਮ੍ਰਿਤ ਵਰਖਾ ਹੈ, ਜੋ ਪੀ ਲਏਗਾ ਉਹ ਗੁਰੂ ਨਾਨਕ ਦੀ ਰਹਿਮਤ 'ਤੇ ਬਖਸ਼ ਦਾ ਪਾਤਰ ਬਣ ਜਾਏਗਾ। ਇਤਨੀ ਸੇਵਾ ਪ੍ਰਵਾਨ ਕਰਨੀ, ਭੁੱਲ ਚੁੱਕ ਦੀ ਮਾਫ਼ੀ ਦਿਓ ਸੱਜਣ ਅਸੀਸਣੀਆਂ, ਜੋ ਹੋਵੇ ਸਾਹਿਬ ਸਿਉ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਨਾਨਕ ਮਿਸ਼ਨ ਦੇ ਉਧਰੇ ਸੀ, ਇੱਥੇ ਸਭ ਸੁਣਦਾ ਹੈ। ਬਸ ਭਾਈ ਜੀ ਇੱਕੋ ਹੀ ਗੱਲ ਹੈ ਜਿਹੜੀ ਕਿ ਇਸ ਧਰਤੀ ਵਿੱਚ ਦਾਸ ਬੋਲਿਆ ਕਰਦਾ ਹੈ, ਹੋਰ ਤੀਰਥ ਵਾਰ ਵਾਰ ਵੀ ਗੰਗਾ ਸਾਗਰ ਇੱਕ ਵਾਰ, ਇਹਦੋਂ ਉੱਤੋਂ ਕੋਈ ਉਪਦੇਸ਼ ਜਾਂ ਗਿਆਨ ਜਾਂ ਪ੍ਰਚਾਰ ਕਰੇ ਉਹ ਤਾਂ ਸੂਰਜ ਨੂੰ ਆਮ ਅਸੀਂ ਮਸਾਲਾ ਦਿੰਦੇ ਹਾਂ, ਦੀਵਾ ਕੋਈ ਗੱਲ ਕਰਦਾ, ਦੀਵਾ ਚੁੱਕ ਕੇ ਕੋਈ ਮੋਮਬੱਤੀ ਲਾ ਕੇ ਸਿਖਰ ਦੁਪਹਿਰੇ ਸੂਰਜ ਦੇ ਸਾਹਮਣੇ, ਤੋ ਇਹ ਆ ਪਹਿਲੀ ਗੱਲ ਜਿਹਨਾਂ ਪੂਰਨ ਪਰਮੇਸ਼ਰ ਸਰੂਪ ਸਾਧੂਆਂ ਵਾਸਤੇ ਬੋਲੇ ਮਹਾਰਾਜ ਅੰਮ੍ਰਿਤ ਬਚਨ ਆਪ। ਮੈਂ ਆਪਣੀ ਸ਼ਰਧਾ ਨਾਲ ਕੋਈ ਗੱਲ ਨਹੀਂ ਸ਼ਰੀਅਤਾਂ ਦੀ, ਇਹ ਤਾਂ ਜਿੱਥੇ ਵਹਿਦ ਮੇਂ ਹਮ ਖੁਦਾ ਸੇ ਪੁੱਛਾਂਗੇ ਕਿ ਮੈਂ ਬੇਗੁਨਾਹ ਉੱਥੇ ਪੁੱਛਾਂਗੇ। ਪਰ ਇੱਕ ਸੰਤ ਬਾਬਾ ਜੀ ਮਹਾਰਾਜ ਦਾ ਗੁਰਸਾਗਰ ਤੀਰਥ, ਦੂਸਰੀ ਮੇਰੀ ਜ਼ਿੰਦਗੀ 'ਚ ਬਾਬਾ ਬੀਰਮਦਾਸ ਮਹਾਰਾਜ ਉਦਾਸੀਨ ਭੇਗ ਵਿੱਚ, ਸੰਤ ਕਿਰਪਾਲ ਦਾਸ ਮਹਾਰਾਜ ਜੀਆਂ ਦੇ ਮਾਤਾ ਗੁਜਰੀ ਸਾਹਿਬ ਦੇ ਚਚੇਰੇ ਭਰਾ ਸਨ, ਲਖਨੌਰ ਸਾਹਿਬ, ਉਸ ਗੱਦੀ ਦਾ ਦਸ਼ਮੇਸ਼ ਜੀਆਂ ਨੇ ਮੋਹਰ ਲਾ ਕੇ ਰੋੜੇ ਵਾਲਾ ਬਦੋਛੀ ਤੱਕ ਧਰਤੀ ਹੈ। ਤੋ ਵਸਤੂ ਉੱਥੋਂ ਕਿਤਨੇ ਅੱਜ ਸੰਤ ਜਵਾਲਾ ਸਿੰਘ ਜੀਆਂ ਦਾ ਨਾਮ ਸੁਣਿਆ ਅਰਥੋ ਵਾਲੀਆਂ ਨੇ, ਇੰਨੀ ਦ੍ਰਿਸ਼ਟੀ ਕੀਤੀ ਸੀ। 14 ਸਾਲ ਕੋਈ ਸਰੀਰ ਦੀ ਸੁਧ ਨਹੀਂ ਸੀ, ਇਹ ਫਕੀਰ ਦੀ ਨਿਸ਼ਾਨੀ। ਤੀਜਾ, ਠੀਕ ਹੈ ਮੌਤ ਸੰਸਾਰ ਤੇ ਮਹਾਂਪੁਰਸ਼ ਸਭ ਨੂੰ ਨਮਸਕਾਰ ਨਮਸਕਾਰ। ਤੀਸਰਾ, ਅੱਜ ਜਗਮਗੋ ਦੀ ਜੋਤ ਵਿੱਚ ਗੁਰੂ ਨਾਨਕ ਸਰੂਪ ਦੇ 17ਵੀਂ ਬੰਸਾਵਲੀ 'ਚ ਜੋ ਦਸ਼ਮੇਸ਼ ਜੀਆਂ ਨੇ ਮੁੜ ਬੇਦੀਆਂ ਤੋਂ ਤੇਨ ਭੱਲੇ, ਮੈਂ ਤਾਂ ਬਹੁਤ ਦਿਨਾਂ ਦਾ ਇਹੀ ਮਾਲਾ ਪਾਈ ਫਿਰਦਾ
ਕਹਿਣਾ ਕੁਛ ਨਹੀਂ ਹੈ ਜੀ। ਸੰਤ ਜੋਗਿੰਦਰ ਸਿੰਘ ਜੀ ਮੋਨੀ ਸਾਹਿਬ ਬਾਬਾ ਜੀ ਇੱਕ ਮੈਨੂੰ ਸੰਦੇਸ਼ ਦੇ ਕੇ ਗਏ, ਉਹ ਅਜੇ ਮੈਂ ਅੰਦਰੇ ਰੱਖਦਾ। ਸਾਰੀ ਰਾਤ ਇਹ ਮੇਰੇ ਅੰਦਰ ਤਾਂ ਭੂਮੀ ਗਿਆ, ਸਾਰੀ ਰਾਤ ਦੀ ਇਹ ਗੱਲ ਕਰਦਾ। ਨਹਾਉਣਾ ਸੋਣਾ ਤਾਂ ਆਰਾਮ ਹੁੰਦਾ, ਇਹ ਤਾਂ ਦਿਖਾਵੇ ਲੈ ਕਿ ਬਾਬਾ ਜੀ ਹੋਰ ਮੰਗਾ ਨਹੀਂ ਕੋਈ। ਜਿਹੜੀ ਜੋਤ ਦੁਨੀਆਂ ਵਿੱਚ ਅੱਜ ਉਡੀਕਦੇ ਹਾਂ ਸੰਤ ਬਾਬਾ ਅਤਰ ਸਿੰਘ ਮਹਾਰਾਜ ਕਿਵੇਂ ਦਰਸ਼ਨ, ਇਹ ਚਿਹਰੇ ਸਰੂਪਾਂ 'ਚ ਬਾਬਾ ਵੀਰ ਵਿਨਾਸ, ਬਾਬਾ ਪੂਰਨ ਦਾਸ ਪਟਿਆਲਾ ਆਦਿਵਾਸੀ ਦਸ਼ਮੇ ਦੀਆਂ ਨੇ, ਇੱਕ ਲੌਂਗੋਵਾਲ ਸਿੱਧੇ ਇੱਥੇ ਆਏ, ਇੱਕ ਦਿਨ ਦੋ ਦਿਨ ਆਉਂਦੇ ਰਹੇ। ਕਹਿੰਦੇ ਇੰਨੀ ਲੰਮੀ ਉਮਰ, ਮੈਂ ਕਿਹਾ ਉਦਾਸੀ ਸੰਤ ਹੋ ਕੇ, ਇਹ ਤਾਂ 321 ਸਾਲ ਹੀ ਹੈ। 81ਵੇਂ ਸਾਲ ਬਾਬਾ ਵੀਰ ਵਿਨਾਸ ਦਸ਼ਮੇ ਦੀਆਂ ਨੂੰ ਗੋਦਾਵਰੀ ਕਿਨਾਰੇ ਮਿਲੇ। ਸਾਧੂ ਤਾਂ ਜੁੱਗਾਂ ਪ੍ਰਤੀ ਬੈਠੇ ਰਹਿੰਦੇ, ਤੁਸੀਂ ਤਾਂ ਸਿੱਧਾਂ ਦੇ ਸਥਾਨ ਤੇ ਬੈਠੇ ਹੋ। ਕਹਿੰਦੇ ਬਸ ਜੀ ਮੈਂ ਮੰਨ ਗਿਆ, ਮੈਂ ਮੰਨ ਗਿਆ, ਮੈਂ ਮੰਨ ਗਿਆ, ਪੰਜ ਤਾਂ ਪੰਜ ਗਿਆ। ਤੀਜੀ ਅੱਜ ਗੁਰੂ ਨਾਨਕ ਸਾਹਿਬ ਜੀ ਦੀ ਬੇਦੀ ਕੁਲਵੰਸ਼, ਹੁਣ ਪ੍ਰਚਾਰ ਦਾ ਸਮਾਂ ਨਹੀਂ, ਇਹਨੂੰ ਉੱਤੋਂ ਦੀ ਬੋਲਣਾ ਮੈਂ ਬੋਲ ਚੁੱਕਾ। ਮੈਂ ਤਾਂ ਬੇਨਤੀਆਂ ਹੀ ਕਰਨਾ, ਆਪਦਾ ਪਰਮ ਧਰਮ ਸਮਝਦਾ ਤੇਹਣ ਵੀ ਭੱਲੇ ਅਮਰਦਾਸ ਗੁਰ ਤੇ ਰਾਮਦਾਸ ਸੋਢੀ ਪਾਤਸ਼ਾਹ ਤੋਂ ਫਿਰ ਮੁੜ ਕੇ ਸ਼ਕਤੀ ਲੈ ਆਉਣੀ ਬੇਦੀ ਵੰਸਾਵਲੀ ਵਿੱਚ। ਬਾਬਾ ਕਲਾਧਾਰੀ ਜੀ ਤੋਂ ਦਾਸ ਨੇ ਇਹ ਕੁਝ ਇਤਿਹਾਸ ਨਾਲ ਮਿਲਾਇਆ ਮਾਲਵੇ ਇਤਿਹਾਸ ਵਿੱਚ। ਮੈਂ ਤਾਂ ਬੇਨਤੀ ਕਰੂੰ ਕਦੀ ਸਮਾਂ ਆਵੇ, ਮੋਨੀ ਸਾਹਿਬ ਜੀਆਂ ਦੇ ਜਿਹੜੇ ਹੁਕਮਨਾਮੇ ਸੀ ਆਪ ਜੀਆਂ ਨੇ ਮਨਸੂਰਾ ਸੰਤ ਸਮਾਜ ਇਕੱਤਰ ਕੀਤਾ, ਉੱਥੇ ਉਹਨਾਂ ਨੇ ਬਹੁਤ ਕੁਝ ਵਿਚਾਰਾਂ ਦਾਸ ਨੂੰ ਆ ਕੇ ਫਤਿਹਗੜ੍ਹ ਸਾਹਿਬ ਸ਼੍ਰਵਣ ਕਰਾਈਆਂ। ਉਹਨਾਂ ਵਿੱਚੋਂ ਮੈਂ ਤਾਂ ਸਿਰਫ ਮੇਰਾ ਫਕੀਰਾਂ ਵਾਲੀ ਗੱਲ ਤੇ ਹੈ, ਮੈਂ ਤਾਂ ਹੋਰ ਪਾਲਟੀ ਬਾਜੀ ਦੀ ਕੋਈ ਜ਼ਰੂਰਤ ਨਹੀਂ। ਬਾਬਾ ਜੀਆਂ ਦਾ ਹੁਕਮ ਹੈ ਸਿੱਧ ਪੁਰਸ਼ ਕੇ ਲੰਗਰ ਚਲਾਓ, ਨਾਮ ਜਪਾਓ, ਪਾਰਟੀ ਬਾਜ਼ੀ ਮੇ ਮਤ ਆਓ। ਮੈਂ ਤਾਂ ਇੱਕੋ ਇੱਕ, ਸਾਡਾ ਧੜਾ ਤਾਂ ਇੱਥੇ ਹੀ ਹੈ, ਤੁਸੀਂ ਉਹੀ ਹੋ ਗੁਰੂ ਨਾਨਕ, ਉਹੀ ਸਤਾਰਵੀਂ ਜੋਤ ਵਿੱਚ ਠੀਕ ਹੈ। ਇੱਧਰ ਨਿਰਗੁਣ, ਇੱਧਰ ਸਰਗੁਣ, ਆਪਦੀ ਸ਼ਰਧਾ ਨਾਲ ਹੈ। ਕਦੀ ਜਿਹੜਾ ਉਹ ਸੰਦੇਸ਼ ਦੇ ਗਏ ਸੀ ਇਕੱਲਿਆਂ ਦੱਸਾਂਗੇ, ਪਿਆਰ ਵਿੱਚ ਬੇਨਤੀ ਕਰਨ 'ਚ ਕੋਈ ਸਮਾਂ ਲਵਾਂਗੇ, ਮਨ ਬਣਾਊਂਗਾ। ਉਹ ਕੱਲ ਦਾ ਚੱਕੀ ਜਾਂਦਾ ਮਨ ਵਿੱਚ ਤਾਂ ਬਸ ਕੋਈ ਉਤਸ਼ਾਹ ਵੀ ਆਹ ਵੀ ਐਂ ਕਹੀਏ, ਐਂ ਕਹੀਏ, ਐਂ ਕਹਾਂਗੇ, ਐਂ ਬੇਨਤੀ ਕਰਾਂਗੇ, ਉਹ ਤਾਰਾਂ ਤੁਸੀਂ ਉਹ ਜਾਣਦੇ ਹੋ। ਕਦੇ ਸੁਪਨਾ ਸਾਕਸ਼ਾਤ ਹੋਊ ਕੋਈ, ਮੈਂ ਹੁਣ ਇੱਧਰ ਨਹੀਂ ਜਾਂਦਾ। ਤੋ ਬਾਬਾ ਕਲਾਧਾਰੀ ਜੀ ਤੋਂ ਵੀ ਹਰਿਰਾਇ ਸਾਹਿਬ ਜੀ ਦਾ ਵੀ ਇਤਿਹਾਸ ਵਿੱਚ, ਹਰਗੋਬਿੰਦ ਸਾਹਿਬ ਜੀ ਦਾ ਵੀ, ਆਪ ਜੀ ਨੇ ਅਜੂਨੀ ਧੰਨ ਪਾ ਪਹਿਲੇ ਵੀ ਆਇਆ, ਬੜੇ ਗੁਰਦੇਵ ਬਾਬਾ ਜੀ, ਬਾਬਾ ਮਨਸੂਦਨ ਸਿੰਘ ਹਜ਼ੂਰ ਪਾਤਸ਼ਾਹਾਂ ਦੇ ਪਾਤਸ਼ਾਹ, ਸੱਚੇ ਪਾਤਸ਼ਾਹ। ਉਹਨਾਂ ਦਾ ਇੱਕ ਹੁਕਮਨਾਮਾ ਵਿੱਚ ਸੀ, ਇੱਕ ਦਫ਼ਾ ਇੱਕ ਮੈਗਜ਼ੀਨ ਵਿੱਚ, ਕਿਸੇ ਅਧਿਕਾਰੀ ਦੀ ਲੋੜ ਹੈ, ਬਸ ਅੱਗੇ ਨਹੀਂ ਮੈਂ ਬੋਲਣਾ, ਅਧਿਕਾਰੀ ਦੀ, ਗੁਰੂ ਨਾਨਕ ਸਾਹਿਬ ਜੀਆਂ ਨੂੰ ਲੋੜ ਪਈ ਹਰ ਅਵਤਾਰ ਗੁਰੂ ਮਹਾਂਪੁਰਸ਼, ਅਧਿਕਾਰੀ ਮਿਲ ਗਿਆ ਬਸ ਅਧਿਕਾਰੀ ਬਣਾ ਲਓ। ਇਸ ਤੋਂ ਅੱਗੇ ਆਪ
ਆਪ ਜੀ ਦੇ ਅੱਜ ਦੇ ਹੁਕਮਨਾਮਿਆਂ ਵਿੱਚ ਨਾਲ ਦੀ ਨਾਲ ਪੰਚਮ ਪਾਤਸ਼ਾਹ ਗੁਰੂ ਰਾਮਦਾਸ ਸੋਢੀ ਸਾਹਿਬ, ਗੁਰੂ ਅਮਰਦਾਸ, ਗੁਰੂ ਅੰਗਦ ਦੇਵ ਜੀ ਦਾ ਜੋ ਹੁਕਮਨਾਮਾ ਸਾਹਿਬ ਹੈ ਆਪ ਜੀਆਂ ਦੇ ਸ਼ਰਧਾ ਵਿੱਚ ਹਾਜ਼ਰ ਹੋਣ ਦਾ ਉਹ ਦਾਸ ਮੈਂ ਜੋ ਆਪ ਦੀ ਮਿਹਨਤ ਤੋਂ ਕੁਛ ਬਾਬਾ ਕਲਾਧਾਰੀ ਜੀ ਤੋਂ ਜੋ ਬਖਸ਼ਿਸ਼ ਹੈ ਸੇਵਾ ਦੀ ਹੈ ਔਰ ਹਰ ਰਾਇ ਸਾਹਿਬ ਅਤੇ ਹਰਗੋਬਿੰਦ ਸਾਹਿਬ ਜੀ ਦਾ ਫੁਰਮਾਨ ਸਤਿਕਾਰ ਕਰਨ ਹਿੱਤ ਵੀ ਮੈਂ ਇੱਧਰ ਵੀ ਥੋੜ੍ਹਾ ਸਾ ਕੋਈ ਕਹਿਣਗੇ ਕੀ ਹੈ ਜੀ ਕੀ ਹੈ। ਆਪ ਜੀ ਜਿਸ ਤਰ੍ਹਾਂ ਉਦਾਸੀਨ ਭੇਖ ਵਿੱਚ ਆਪ ਜੀ ਨੇ ਸਭ ਨੂੰ ਗਲਬੱਕੜੀਆਂ, ਪਤਾ ਨਹੀਂ ਅੱਜ ਚਾਰੇ ਟੂਣੇ ਛੇ ਬਖਸ਼ੀਸ਼ਾਂ 'ਚ ਅੱਜ ਅਸੀਂ ਰੋਲ ਰੋਲ ਹੋਰ ਬਹੁਤ ਕੁਛ ਨਾ ਅੱਜ ਸਾਨੂੰ, ਮੈਂ ਥੋੜ੍ਹੀ ਜਿਹੀ ਗੱਲ ਖੁਲਾਸ ਕਰ ਵੀ ਦਿੰਦਾ ਮੋਨੀ ਸਾਹਿਬ ਜੀਆਂ ਬਾਰੇ, ਥੋੜ੍ਹਾ ਜਿਹਾ ਬੋਲੂੰ ਅਜੇ ਰਮਜ ਨਾਲ ਕਿ ਨਾ ਅੱਜ ਸਾਨੂੰ ਪਤਾ ਹੈ ਬਾਬੇ ਤੇਹਣ ਗੁਰੂ ਸਾਹਿਬ ਜੀਆਂ ਦੇ ਉਹ ਗੁਰਗੱਦੀਆਂ ਦੇ ਮਾਲਕਾਂ 'ਚੋਂ ਖਾਨਦਾਨੀਆਂ ਕਿੱਥੇ ਗਈਆਂ, ਅਸੀਂ ਤਾਂ ਇੱਕ ਗੱਲ 'ਤੇ ਹੀ ਖੜ ਗਏ ਹੁਣ ਬਸ। ਨਾ ਅੱਜ ਭੱਲੇ ਸਾਹਿਬਾਨਾਂ ਦੀਆਂ, ਨਾ ਬਖਸ਼ੀਸ਼ਾਂ ਦੀਆਂ, ਸੋਢੀ ਸਾਹਿਬਾਨ ਤੋਂ ਬਾਅਦ ਇੱਕ ਬਸ ਇੱਕ ਗੱਲ 'ਤੇ ਜਾ ਖੜੇ। ਪਰ ਧੰਨ ਭਾਵ ਆਪ ਜੀਆਂ ਨੇ ਅੱਜ ਉਦਾਸੀਨ ਭੇਖ, ਨਿਰਮਲ ਭੇਖ ਨੂੰ ਔਰ ਸਮੂਹ ਧਰਮਾਂ ਨੂੰ ਬਾਬਾ ਮੋਹਨੀ ਸਾਹਿਬ ਜੀ ਜੋਗਿੰਦਰ ਸਿੰਘ ਹੈ ਔਰ ਜਥੇਦਾਰ ਸਾਹਿਬਾਨ ਵੀ ਸਨ, ਉਹ ਵੀ ਇੱਕ ਦਸ਼ਮੇਜੀਆਂ ਦੇ ਸਰੂਪ ਵਿੱਚ ਨਜ਼ਰ ਆਇਆ ਕਰਦੇ ਸਨ। ਆਪ ਜੀਆਂ ਨੂੰ ਗੁਰੂ ਨਾਨਕ ਸਰੂਪ ਮੈਂ ਤਾਂ ਆਪਣੀ ਸ਼ਰਧਾ ਨਾਲ ਮੰਨ ਕੇ ਜੋ ਗੁਰੂ ਅੰਗਦ ਸਾਹਿਬ ਜੀ ਦਾ ਫੁਰਮਾਨ ਹੈ ਉਹਦੇ ਬਾਰੇ ਹੁਣ ਚਰਨਾਂ 'ਚ ਬੇਨਤੀ ਕਰੂੰ। ਅੱਗੇ ਸੰਗਤਾਂ ਥੋੜ੍ਹਾ ਸਾਥ ਸਾਥ ਔਰ ਦਿਓ, ਉਹ ਕੀ ਬੇਨਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਗਿਆ ਹੋਵੇ ਆਪ ਚੁੱਕਿਆ ਸੀ
ਨੀਲਾ ਘੋੜਾ ਬੜਾ ਸੁੰਦਰ ਉਲਟਾ ਕਹਿੰਦੇ ਉਧਰ ਦੀ ਉਧਰੇ ਇਹ ਵੀ ਪਤਾ ਵੀ ਅੱਗੇ ਪਹੁੰਚ ਗਏ ਇੱਕ ਘੋੜਾ ਦਾਸ ਔਰ ਜਿਹੜਾ ਆਪਣਾ ਪਹਿਲਾ ਹੁਕਮਨਾਮਾ ਹੈ ਗੁਰੂ ਅੰਗਦ ਦੇਵ ਜੀ ਮਹਾਰਾਜ ਤੋਂ ਆਪ ਜੀ ਦਾ ਸਤਿਕਾਰ ਕਰਨਾ ਉਸ ਨੂੰ ਵੀ ਜਿਵੇਂ ਮੱਦੇ ਨਜ਼ਰ ਰੱਬ ਦੇ ਹਿਰਦੇ ਚ ਧਾਰਨ ਕਰਦੇ ਹੋਏ ਆਪ ਜੀ ਦਾ ਸਤਿਕਾਰ ਪਿਆ ਕੇ ਸਭ ਸੁੰਦਰ ਹਾਜ਼ਰ ਪੈਦਲ ਚਰਨਾ ਜਿੱਥੇ ਯਾਦ ਕਰੀਏ ਗੁਰੂ ਨਾਨਕ ਸਾਹਿਬਾਨ ਪ੍ਰਕਾਸ਼ ਹੁੰਦੇ